ਲੱਗਦਾ ਸੀ ਤੇਰੀ ਮਦਰ ਦੇਖਣ ਨੂੰ ਗੱਲਬਾਤ ਕਰਨ ਨੂੰ ਜਿਹੜੀ ਆਪਣੀ ਮਾਂ ਦਾ ਆਪਣੀ ਕੁੜੀ ਦਾ ਬਿਸਤਰਾ ਵਿਛਾ ਕੇ ਦਿੰਦੀ ਹੋਵੇ ਵਿਆਹ ਕੀਤਾ ਹੋਵੇ ਆਪਣਾ ਜਵਾਈ ਸਮਝ ਲਿਆ ਹੋਵੇ ਸ਼ਰਮ ਚਾਹੀਦੀ ਇਹੋ ਜਿਹੀ ਔਰਤਾਂ ਨੂੰ ਨਹੀਂ ਇਨਸਾਫ਼ ਦੇ ਬੱਚੇ ਇਨਸਾਫ਼ ਅਸੀਂ ਕਿੱਥੋਂ ਤੈਨੂੰ ਲੈ ਕੇ ਦੇ ਦਈਏ ਤੈਨੂੰ ਕਿੱਥੋਂ ਲਿਆ ਦਈਏ ਤੇਰੀ ਹਰਪ੍ਰੀਤ ਸੋ ਕਸੂਰ ਤਾਂ ਤੇਰਾ ਆ 7 lakh ਰੁਪਈਆ ਤੂੰ ਉਹਦੇ ਅਕਾਊਂਟ ਵਿੱਚ ਪਾਇਆ ਕਿਉਂ ਪਾਇਆ ਚਲੋ 5 ਤੋਲੇ ਸੋਨਾ ਪਾਉਣਾ ਵਿਆਹ ਕਰਾਇਆ ਜੋ ਤੈਨੂੰ ਬਣਦਾ ਸੀਗਾ ਉਹ ਤੈਨੂੰ ਵਿਹਾਰ ਕਰਨਾ ਪਿਆ ਤੂੰ ਕੀਤਾ ਨੂੰ ਪਿਆਰ ਕਰ ਅਸੀਂ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਪਿਆਰ ਕਰਨਾ ਪਿਆਰ ਕਰਨੇ ਵਾਲੇ ਪਿਆਰ ਕਰਦੇ ਹੈ ਜੋ ਪਿਆਰ ਕਰਦੇ ਜੋ ਡਰਦੇ ਹੋ ਉਹ ਪਿਆਰ ਕਰਦੇ ਨੇ ਸੋ ਆਪ ਡਰਦੇ ਨਹੀਂ ਤੇ ਪਿਆਰ ਕਰਦੇ ਸੀ ਪਰ ਤੇਰੀ ਸੱਸ ਦਾ ਰੋਲ ਮੈਨੂੰ ਬੜਾ ਅਜੀਬ ਲੱਗਾ ਹੈ ਅਜੀਬ ਇਸ ਗੱਲ ਲੱਗਾ ਕਿ ਉਹ ਫੌਜੀ ਸੀ ਘਰ ਵਾਲਾ ਤੇ ਘਰ ਵਾਲੀ ਜਿਹੜੀ ਬਾਹਰ ਸੀ ਮਤਲਬ ਤੁਹਾਡੀ ਕਿੰਨੀ ਉਮਰ ਹੈ ਫਿਰੋਜ਼ਪੁਰ ਤੋਂ ਸ਼ਾਦੀ ਸ਼ਦਾ ਹੋ ਜਾਂ ਹਾਲੇ ਸਿੰਗਲ ਹੋ ਮਧੂ ਜੀ ਤੁਸੀਂ ਸ਼ਾਦੀ ਕਰਾਈ ਸ਼ਾਦੀ ਕਰਦੀ ਜ਼ਿੰਦਗੀ ਨੂੰ ਤੁਸੀਂ ਬਰਬਾਦ ਕਰ ਦਿੱਤਾ ਬਰਬਾਦ ਕਰਨ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਤੁਹਾਡੇ ਕੌਣ ਹੈ ਤੁਹਾਡੀ ਸੱਸ ਹੈ ਸਹੁਰਾ ਹੈ ਨਨਾਣ ਹੈ ਭਰਜਾਈ ਹੈ ਦੇਰ ਹੈ ਜੇਠ ਹੈ ਜਾਂ ਘਰ ਵਾਲਾ ਆ ਸਰ ਉਹ ਖੁਦ ਹੀ ਕਲਪਰੇਟ ਹੈ ਮੈਂ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਗਲਤ ਨਹੀਂ ਕਹਿੰਦੀ ਬਟ ਉਹ ਖੁਦ ਹੀ ਗਲਤ ਸੀ ਕਿਉਂਕਿ 2 ਸਾਲ ਤੋਂ ਮੇਰਾ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਸੀ ਸਰ ਜੁਲਾਈ 15 ਨੂੰ ਮੇਰੀ ਇੰਗੇਜਮੈਂਟ ਹੋਈ ਹੈ ਇੰਡੀਆ ਕੇ ਉਹ ਆਪਣੇ ਬ੍ਰਦਰ ਦੀ ਮੈਰਿਜ ਲਈ ਆਇਆ ਹੋਇਆ ਸੀ 15 ਜੁਲਾਈ ਨੂੰ ਮੇਰੀ ਇੰਗੇਜਮੈਂਟ ਹੋਈ ਹੈ ਉਸ ਤੋਂ ਬਾਅਦ 10th February ਦੀ ਮੈਰਿਜ ਫਿਕਸ ਸੀ ਉਦੋਂ ਤੋਂ ਆਵਾਜ਼ ਸਾਫ ਦਿਓ ਹੌਲੀ ਬੋਲੋ ਔਰ ਤੇਜ਼ ਨਾ ਬੋਲੋ ਲੋਕਾਂ ਨੂੰ ਸਮਝ ਆਵੇ ਤੁਹਾਡਾ ਦੁੱਖ ਜਿਹੜਾ ਆ ਪਲੀਜ਼ ਗੁਰਪ੍ਰੀਤ ਸਿੰਘ ਆਪਣੇ ਮਧੂ ਜੀ ਸਾਫ਼ ਬੋਲੋ ਨਾ ਉੱਚੀ ਬੋਲੋ ਤੁਹਾਡੇ ਮੂੰਹ ਚ ਨਾ ਬੋਲੋ ਤੁਸੀਂ ਕਹੋ ਗੁਰਪ੍ਰੀਤ ਕਹੋ ਤੇ ਗੁਰਪ੍ਰੀਤ ਤੁਸੀਂ ਸਹੀ ਬੋਲੋ ਮਤਲਬ ਤੁਸੀਂ ਆਪਣੀ ਆਵਾਜ਼ ਪ੍ਰੋਪਰ ਦਿਓ ਮੈਨੂੰ ਮੂੰਹ ਵਿੱਚ ਨਾ ਬੋਲੋ ਉੱਚੀ ਬੋਲੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਂ ਤੁਹਾਨੂੰ ਪੁੱਛਦਾ ਕੀ ਹੈ ਤੇ ਜਵਾਬ ਕੀ ਹੈ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਤੁਸੀਂ ਕਹਿੰਦੇ ਕੀ ਹੋ ਤੇਜ਼ ਨਾ ਬੋਲੋ ਪਲੀਜ਼ ਸਲੋ ਬੋਲੋ ਤੁਹਾਡੇ ਹਸਬੈਂਡ ਦਾ ਨਾਮ ਕੀ ਹੈ ਗੁਰਪ੍ਰੀਤ ਸਿੰਘ ਹਾਂ ਗੁਰਪ੍ਰੀਤ ਇਸ ਤਰ੍ਹਾਂ ਬੋਲੋ ਸੋ ਮੈਂ ਤੁਹਾਡੇ ਤੋਂ ਪਰਮਿਸ਼ਨ ਹੈ ਟੈਲੀਕਾਸਟ ਬ੍ਰੌਡਕਾਸਟ ਕਰਨ ਦੀ ਤੁਸੀਂ ਅੱਗੇ ਦੇ ਰਹੇ ਹੋ ਇਹ ਹੈ ਗੁਰਪ੍ਰੀਤ ਅਤੇ ਮਧੂ ਸ਼ਰਮਾ ਜਿਹੜੇ ਕਿ ਫਿਰੋਜ਼ਪੁਰ ਤੋਂ ਤੁਹਾਡੇ ਹਸਬੈਂਡ ਗੁਰਪ੍ਰੀਤ ਦਾ ਪਿੰਡ ਅਤੇ ਜ਼ਿਲ੍ਹਾ ਕਿਹੜਾ ਆ ਫਿਰੋਜ਼ਪੁਰ ਫਿਰੋਜ਼ਪੁਰ ਸੋ ਸਭ ਇਹਨਾਂ ਦੀ ਮੈਰਿਜ ਦੀ ਫੋਟੋ ਜਿਹੜੀ ਉਹ ਲਾ ਦਿਓ ਉਹਨਾਂ ਦੀ ਸੋ ਇਹਨਾਂ ਦਾ ਕਿਉਂਕਿ ਕੁਝ ਫੋਟੋਆਂ ਕਿਸੇ ਹੋਰ ਔਰਤ ਨਾਲ ਵੀ ਇਸ ਲੜਕੇ ਦੀਆਂ ਇਹ ਇੰਗਲੈਂਡ ਵਿੱਚ ਲੜਕਾ ਆ ਔਰ ਇਹਨਾਂ ਦੀਆਂ ਫੋਟੋ ਜਿਹੜੀਆਂ ਜਿਹੜੀਆਂ ਮੈਰਿਜ ਦੀਆਂ ਜਿਹੜੀ ਤੁਹਾਨੂੰ ਮੈਂ ਭੇਜੀ ਹੈ ਲਾਸਟ ਵਿੱਚ ਉਹ ਡਿਸਪਲੇ ਕਰ ਦਿਓ ਪਲੀਜ਼ ਤਾਂ ਕਿ ਸਾਫ਼ ਦਿਖਾਈ ਦੇ ਸਕੇ ਕਿ ਲੜਕਾ ਜਿਹੜਾ ਆ ਇਸਨੇ ਫਰੋਡ ਕੀਤਾ ਲੜਕੀ ਦੇ ਨਾਲ ਤੁਹਾਡੀ ਸ਼ਾਦੀ ਜਿਹੜੀ ਕੀਤੀ ਹੈ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ ਮਧੂ ਸਰ ਨਹੀਂ ਲਵ ਮੈਰਿਜ ਸੀ ਸਰ 2 ਸਾਲ ਤੋਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਸੀ ਜੁਲਾਈ 15th ਨੂੰ ਜਿਹੜੀ ਤੁਸੀਂ ਫੋਟੋ ਡਿਸਪਲੇ ਕੀਤੀ ਹੈ ਜੁਲਾਈ 15th ਨੂੰ ਇਹ ਐਂਗੇਜਮੈਂਟ ਦੀ ਫੋਟੋ ਹੈ ਤੇ 10th February ਨੂੰ ਮੈਰਿਜ ਸੀ ਤੁਹਾਡੀ ਬਸ ਇੱਕ ਮਿੰਟ ਹੋਲਡ ਕਰੋ ਤੁਹਾਡੀ ਮੈਰਿਜ ਦੀ ਸੀ ਫੋਟੋ ਲਾਉਣੀ ਚਾਹਾਂਗੇ ਤਾਂ ਕਿ ਅਸੀਂ
ਲੋਕਾਂ ਦੱਸਣਾ ਚਾਹੀਏ ਕਿ ਤੁਹਾਡੇ ਹਸਬੈਂਡ ਜਿਹੜੇ ਨੇ ਕੌਣ ਨੇ, ਕਿਉਂਕਿ ਤੁਹਾਡੇ ਹਸਬੈਂਡ ਦੀ ਜਿਹੜੀ ਫੋਟੋ ਆ, ਮੈਰਿਜ ਦੀ ਫੋਟੋ ਮੈਂ ਲਾ ਰਿਹਾ ਸਰ। ਸਰ ਤੁਹਾਨੂੰ ਮੈਂ ਹੁਣੇ ਫਾਰਵਰਡ ਕੀਤੀ ਆ, ਇਹਨਾਂ ਦੇ ਹਸਬੈਂਡ ਦੀ ਫੋਟੋ ਜਿਹੜੀ ਆ ਉਹ ਸ਼ੇਅਰ ਕਰ ਦਿਓ ਭਾਜੀ। ਆਲਰੇਡੀ ਆਪਾਂ ਲਾ ਚੁੱਕੇ ਹਾਂ ਜੀ ਤਸਵੀਰ। ਹਾਂਜੀ, ਥੈਂਕ ਯੂ ਸੋ ਮਚ। ਅੱਛਾ, ਇਹ ਤੁਹਾਡੇ ਹਸਬੈਂਡ ਨੇ। ਇਹ ਗੁਰਪ੍ਰੀਤ ਕਿਹੜੇ ਪਿੰਡ ਤੋਂ ਆ, ਸ਼ੇਅਰ ਕਿਹੜਾ ਇਹਦਾ? ਮੇਰਾ ਸਵਾਲ ਇਹ ਹੈ ਕਿ ਕਿੱਥੋਂ ਆ, ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਆ? ਫਿਰੋਜ਼ਪੁਰ ਸਰ, ਫਿਰੋਜ਼ਪੁਰ। ਫਿਰੋਜ਼ਪੁਰ ਪ੍ਰੋਪਰ ਹੈ ਜਾਂ ਪਿੰਡ ਹੈ ਲਾਗੇ ਕੁਛ ਸਿਟੀ ਹੈ? ਫਿਰੋਜ਼ਪੁਰ ਸਿਟੀ ਸਰ, ਪ੍ਰੋਪਰ ਹੈ। ਅੱਛਾ, ਤੁਸੀਂ ਵੀ ਫਿਰੋਜ਼ਪੁਰ ਤੋਂ ਤੇ ਵੀ ਫਿਰੋਜ਼ਪੁਰ ਤੋਂ ਆ? ਹਾਂਜੀ। ਤੁਸੀਂ ਲਵ ਮੈਰਿਜ ਕਰਾਈ ਹੈ? ਹਾਂਜੀ ਸਰ, ਲਵ ਮੈਰਿਜ ਕਰਾਈ ਹੈ। ਤੁਸੀਂ ਇਕੱਠੇ ਪੜ੍ਹਦੇ ਸੀ? ਨਹੀਂ ਸਰ, ਫੇਸਬੁੱਕ ਤੇ ਮਿਲੀ ਸੀ ਮੈਂ। ਮੈਂ ਕਦੀ ਇਹਨੂੰ ਬਾਈ ਫੇਸ ਇੱਥੋਂ ਫਿਰੋਜ਼ਪੁਰ ਚ ਨਹੀਂ ਸੀ ਦੇਖਿਆ ਹੋਇਆ। ਫਸਟ ਟਾਈਮ ਮੈਂ ਇਹਨੂੰ ਜੁਲਾਈ ਚ ਦੇਖਿਆ ਸੀ, ਜਦੋਂ ਇਹ ਆਪਣੇ ਬ੍ਰਦਰ ਦੀ ਮੈਰਿਜ ਤੇ ਆਇਆ, ਤੇ ਉਦੋਂ ਹੀ ਮੈਂ ਆਪਣੇ ਘਰੇ ਸਭ ਕੁਛ ਦੱਸ ਕੇ ਤੇ 15 ਜੁਲਾਈ ਨੂੰ ਇੰਗੇਜਮੈਂਟ ਕਰਵਾਈ ਸੀ। ਤੁਸੀਂ ਇਹਨੂੰ ਇੰਗਲੈਂਡ ਤੋਂ ਆਇਆ ਸੀ ਆਪਣੇ ਭਰਾ ਦੇ ਵਿਆਹ ਤੇ, ਤਾਂ ਤੁਸੀਂ ਉਹਨੂੰ ਉਸ ਵੇਲੇ ਵੇਖਿਆ, ਤੁਸੀਂ ਉਸ ਵਿਆਹ ਤੇ ਗਏ ਸੀ? ਹਾਂਜੀ ਸਰ, ਕਿਉਂਕਿ ਲਾਸਟ 2 ਸਾਲ ਤੋਂ ਅਸੀਂ ਰਿਲੇਸ਼ਨ ਸੀਗੇ, ਤਾਂ ਉਦੋਂ ਮੈਂ ਇਹਨੂੰ ਫਸਟ ਟਾਈਮ ਮਿਲੀ ਆ, ਤੇ ਇਹਦੀ ਜਿਹੜੀ ਭਰਜਾਈ ਆ ਉਹ ਮੇਰੇ ਨਾਲ ਪੜ੍ਹਦੀ ਸੀ, ਤਾਂ ਮੈਂ ਉਸ ਮੈਰਿਜ ਤੇ ਗਈ ਸੀ। ਆਈ ਸੀ, ਤੁਸੀਂ ਮੈਰਿਜ ਗਏ ਸੀ। ਸੋ ਤੁਹਾਡੀ ਸ਼ਾਦੀ 10 ਫਰਵਰੀ 2023 ਹੁੰਦੀ ਹੈ ਸ਼ਾਦੀ। ਤੁਹਾਡਾ ਹਸਬੈਂਡ ਸਾਊਥ ਵਿੱਚ ਰਹਿ ਗਿਆ? ਹਾਂਜੀ ਸਰ। ਕਿੰਨੇ ਸਾਲ ਹੋ ਗਏ ਉੱਥੇ ਰਹਿੰਦੇ ਨੂੰ? ਸਰ 4 ਸਾਲ। 4 ਸਾਲ ਇਹ ਉੱਥੇ ਪਰਮਾਨੈਂਟ PR ਹੈ? ਨਹੀਂ ਨਹੀਂ ਸਰ, ਸਟੂਡੈਂਟ ਹੈ। ਸਰ ਹਲੇ ਫਿਲਹਾਲ ਵਰਕ ਪਰਮਿਟ ਤੇ ਹੈ। ਵਰਕ ਪਰਮਿਟ ਤੇ ਹੈ। ਸੋ ਇਹ ਸਟੂਡੈਂਟ ਗਏ ਸੀ? ਹਾਂਜੀ ਸਰ, ਸਟੂਡੈਂਟ ਗਏ ਸੀ। ਸੋ 4 ਸਾਲ ਤੋਂ ਹੁਣ ਵਰਕ ਪਰਮਿਟ ਤੇ ਆ। ਹਾਂਜੀ ਸਰ। 10 ਫਰਵਰੀ ਜਦੋਂ ਵਿਆਹ ਹੋਇਆ, ਔਰ ਤੁਸੀਂ ਕਿੰਨੇ ਸਮੇਂ ਬਾਅਦ, ਮਤਲਬ ਕਿੰਨਾ ਸਮਾਂ ਇਕੱਠੇ ਰਹੇ ਹੋ? ਸਰ 10 ਫਰਵਰੀ ਨੂੰ ਮੈਰਿਜ ਹੋਈ ਹੈ, 13 ਫਰਵਰੀ ਨੂੰ ਰਾਤ ਨੂੰ ਮੈਂ ਸੁੱਤੀ ਹੋਈ ਸੀਗੀ, ਵੈਸੇ ਹੀ ਮੈਂ ਉੱਠੀ ਹਾਂ ਤੇ ਕਿਸੇ ਹੋਰ ਕੁੜੀਆਂ ਨਾਲ ਚੈਟ ਕਰ ਰਿਹਾ ਸੀ, ਜਿਹੜੀ ਮੈਂ ਤੁਹਾਨੂੰ ਚੈਟ ਭੇਜੀ ਹੋਈ ਹੈ ਸਰ। ਤੇ ਮੈਂ ਇਹਨੂੰ ਪੁੱਛਿਆ ਕਿ ਆਹ ਸਾਰਾ ਕੁਛ ਕੀ ਹੈ, ਤਾਂ ਇਹਨੇ ਕਿਹਾ ਕਿ ਕੁਛ ਨਹੀਂ ਹੈ, ਵੈਸੇ ਹੀ ਮਜ਼ਾਕ ਹੈ ਯੇ ਵੋ, ਪਰ ਉਹਦੇ ਵਿੱਚ ਮਿਸਿਸ ਜੋਸਨ ਯੇ ਵੋ ਸਾਰੀ ਚੈਟ ਮੈਂ ਤੁਹਾਨੂੰ ਫਾਰਵਰਡ ਕੀਤੀ ਹੈ। ਸਲੋ ਡਾਊਨ ਸਲੋ ਡਾਊਨ ਮੀਨ ਕਿ ਤੁਸੀਂ ਹੌਲੀ ਬੋਲੋ, ਇੰਨਾ ਤੇਜ਼ ਨਾ ਬੋਲੋ, ਸਮਝ ਲੱਗੇ ਕਿਸੇ ਨੂੰ। ਸਟੋਰੀ ਕਰਨ ਦਾ ਫਾਇਦਾ ਤਦ ਹੀ ਹੈ ਜੇ ਸਮਝਾਓਗੇ। ਤੁਸੀਂ ਇੰਨੀ ਤੇਜ਼ੀ ਵਿੱਚ ਨਾ ਬੋਲੋ ਪਲੀਜ਼। ਓਕੇ, ਪਲੀਜ਼ ਡੋਂਟ ਸਪੀਕ ਅਪ, ਸੋ ਟਰਾਈ ਟੂ ਬੀ ਅੰਡਰਸਟੈਂਡ ਬਟ ਆਮ ਸੇਇੰਗ, ਪਲੀਜ਼ ਫੋਲੋ ਕਰੋ, ਆਪਣੀ ਆਵਾਜ਼ ਨੂੰ ਧੀਮੀ ਰੱਖੋ, ਆਵਾਜ਼ ਸਾਫ਼ ਸੁਣਨੀ ਚਾਹੀਦੀ ਹੈ ਸਾਨੂੰ। ਸੋ ਤੁਹਾਡੀ 10 ਫਰਵਰੀ ਨੂੰ ਸ਼ਾਦੀ ਹੁੰਦੀ ਹੈ ਅਤੇ 13 ਫਰਵਰੀ ਰਾਤ ਨੂੰ ਤੁਸੀਂ ਉੱਠਦੇ ਹੋ, ਤਾਂ ਇਹ ਕਿਸੇ ਨੂੰ ਚੈਟ ਕਰ ਰਹੇ ਸੀ ਕਿਸੇ ਕੁੜੀ ਨਾਲ? ਹਾਂਜੀ ਸਰ। ਤਾਂ ਇਹ ਕੁੜੀ ਕੌਣ ਸੀ, ਇੰਗਲੈਂਡ ਵਿੱਚ ਰਹਿੰਦੀ ਸੀ ਜਾਂ ਇੰਡੀਆ ਵਿੱਚ ਸੀ? ਹਾਂਜੀ ਸਰ, ਉਹ ਉੱਧਰ ਦੀ PR ਕੁੜੀ ਹੈ, ਸੋਨੀਆ ਬੈਂਗਾ। ਉਹ ਇੰਗਲੈਂਡ ਦੀ ਕੁੜੀ ਹੈ, ਤਾਂ ਫਿਰ ਸ਼ਾਦੀ ਕਾਹਤੋਂ ਕਰੀ ਤੁਹਾਡੇ ਨਾਲ? ਸਰ ਉਹੀ ਮੈਨੂੰ ਸਮਝ ਨਹੀਂ ਆ ਰਹੀ, ਫਿਰ ਉਸ ਤੋਂ ਬਾਅਦ ਮੈਂ ਉਸ ਕੁੜੀ ਨਾਲ ਜਦੋਂ ਗੱਲ ਕੀਤੀ, ਉਸੇ ਟਾਈਮ ਮੈਂ ਇਹਦੇ ਹੀ ਫੋਨ ਤੋਂ ਕਾਲ ਕੀਤੀ ਹੈ ਉਸ ਕੁੜੀ ਨੂੰ। ਓਕੇ, ਕਿ ਤੁਹਾਡਾ ਕੀ ਰਿਲੇਸ਼ਨ ਹੈ ਵਗੈਰਾ, ਤਾਂ ਇਹਨੇ ਉਹਨੇ ਮੈਨੂੰ ਦੱਸਿਆ ਕਿ ਇਹਦੀ ਸਾਰੀ ਫੈਮਿਲੀ ਮੇਰੇ ਨਾਲ ਗੱਲ ਕਰਦੀ ਪਈ ਹੈ। ਓਕੇ, ਫਿਰ ਉਸ ਤੋਂ ਬਾਅਦ ਮੈਂ ਵੈਸੇ ਇਹਦੇ ਬ੍ਰਦਰ ਦੀ ਚੈਟ ਖੋਲ ਲਈ ਇਹਦੇ ਫੋਨ, ਫਿਰ ਉਹਦਾ ਵੀ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਿਆ, ਤੇ ਇਹਨੇ ਆਪਣੇ ਬ੍ਰਦਰ ਨੂੰ ਇੰਡੀਆ ਆਉਣ ਤੋਂ 5-6 ਦਿਨ ਪਹਿਲਾਂ ਉਸ ਕੁੜੀ ਦੀ ਫੋਟੋ ਭੇਜ ਕੇ ਦੱਸਿਆ ਹੋਇਆ ਸੀ ਕਿ ਮੈਂ ਗੱਲ ਕਰ ਰਿਹਾ ਇਸ ਕੁੜੀ ਨਾਲ, ਤੇ ਉਹ ਸਾਰਾ ਕੁਛ। ਮੈਨੂੰ ਲੱਗਿਆ ਕਿ ਸ਼ਾਇਦ ਉਹ ਕੁੜੀ ਵੈਸੇ ਹੀ ਝੂਠ ਬੋਲ ਰਹੀ ਹੈ ਮੈਨੂੰ। ਮੈਂ ਉਹਨੂੰ ਪੁੱਛਿਆ ਕਿ ਦੱਸ ਕੌਣ ਕੌਣ ਹੈ ਇਹਦੀ ਮੈਰਿਜ ਇਹਦੀ ਉਹਦੇ ਚ ਫੈਮਿਲੀ ਚ। ਸਰ ਉਸ ਕੁੜੀ ਨੂੰ ਸਭ ਕੁਛ ਪਤਾ ਸੀ, ਇੱਥੋਂ ਤੱਕ ਵੀ ਪਤਾ ਸੀਗਾ ਕਿ ਇਹਦੀ ਸਿਸਟਰ ਦੀ ਰੀ ਮੈਰਿਜ ਹੋਈ ਹੈ, ਇਹਦੇ ਮਦਰ ਹੈ, ਇਹਦੇ ਫਾਦਰ ਹੈ, ਇਹਦਾ ਇੱਕ ਬ੍ਰਦਰ ਹੈ, ਉਹਦੀ UK ਦੀ ਫਾਈਲ ਲੱਗੀ ਹੋਈ ਹੈ, ਉਹ UK ਆਉਣ ਵਾਲਾ ਹੈ, ਸਾਰਾ ਕੁਛ। ਤੇ ਉਹ ਕਹਿੰਦੀ ਕਿ ਇਹਨੇ ਵੀ ਮੈਨੂੰ ਪ੍ਰੋਮਿਸ ਕੀਤਾ ਤੇ ਇਹਦੀ ਫੈਮਿਲੀ ਨੇ ਵੀ ਪ੍ਰੋਮਿਸ ਕੀਤਾ ਕਿ ਜੂਨ ਚ ਸਾਡਾ ਮੁੰਡਾ ਆਜੂਗਾ ਵੱਡਾ ਵਾਲਾ, ਉਸ ਤੋਂ ਬਾਅਦ ਅਸੀਂ UK ਆ ਕੇ ਤੇਰੀ ਮੈਰਿਜ ਕਰ ਦਾਂਗੇ। ਤੁਹਾਡੀ ਜੋ ਸ਼ਾਦੀ ਹੋਈ ਹੈ, ਕਿੰਨੇ ਲੋਕ ਆਏ ਸੀ ਤੁਹਾਡੀ ਸ਼ਾਦੀ ਤੇ? ਸਰ ਇਹਨਾਂ ਦੀ 70-80 ਸੀ ਸਰ, ਸਾਡੀ ਵਾਲੀ ਸਾਈਡ ਤੋਂ 200+ ਸੀਗੇ। ਕਿੰਨਾ ਖਰਚਾ ਆਇਆ ਤੇ ਖਰਚਾ ਕਿਹਨੇ ਕੀਤਾ? ਸਰ ਸਾਰਾ ਕੁਛ ਪਾਪਾ ਨੇ ਕੀਤਾ, ਐਂਗੇਜਮੈਂਟ ਦਾ ਵੀ ਸਾਰਾ ਕੁਛ ਪਾਪਾ ਨੇ ਕੀਤਾ, ਤੇ ਇੱਧਰ ਮੈਰਿਜ ਦਾ ਤਾਂ ਕਰਨਾ ਹੀ ਸੀਗਾ। ਕਿੰਨਾ ਖਰਚਾ ਹੋਇਆ ਟੋਟਲ ਅਮਾਊਂਟ, ਕੋਈ ਯਾਦ ਹੈ? ਸਰ 14-15 ਲੱਖ ਤਾਂ ਈਜ਼ੀਲੀ ਹੋਇਆ ਹੀ ਹੈ ਟੋਟਲ। 40-45 ਲੱਖ ਰੁਪਏ ਕਾਹਦੇ ਉੱਪਰ ਹੋਇਆ? ਨਹੀਂ ਨਹੀਂ ਸਰ, 14-15। 14? ਹਾਂਜੀ ਸਰ। 14-15, ਨਾਟ ਕਿ 40? ਹਾਂਜੀ ਹਾਂਜੀ ਸਰ।
ਸੋ ਤੁਹਾਡੇ ਫਾਦਰ ਨੇ ਕੀਤਾ ਜਿਊਰੀ ਵਗੈਰਾ ਦਿੱਤੀ ਆ ਸਰ ਸਾਰਾ ਕੁਝ ਦਿੱਤਾ ਸੀ ਪਰ ਇਹਨਾਂ ਨੇ ਮੇਰਾ ਕੁਝ ਨਹੀਂ ਸੀ ਕੀਤਾ ਜਿੱਥੋਂ ਮੈਨੂੰ ਲੱਗਿਆ ਕਿ ਸ਼ਾਇਦ ਇਹ ਫਰਾਡ ਮਤਲਬ ਕਰਦਾ ਪਿਆ ਮੇਰੇ ਨਾਲ ਕਿਉਂਕਿ ਮੈਨੂੰ ਸਰ ਹੁਣ ਤੱਕ ਆਪਣੇ ਸਹੁਰੇ ਘਰ ਚੋਂ ਇੱਕ ਰੁਪਿਆ ਸਗਨ ਤੱਕ ਨਹੀਂ ਮਿਲਿਆ ਸੀ ਜਦੋਂ ਮੈਂ ਘਰ ਗਈ ਹਾਂ ਵਿਆਹ ਕੇ ਕੋਈ ਸਗਨ ਕੁਛ ਨਹੀਂ ਕੀਤਾ ਸੀ ਤਾਂ ਮੈਂ ਇਹਨੂੰ ਪੁੱਛਿਆ ਕਿ ਤੁਹਾਡੇ ਘਰ ਚ ਕੋਈ ਰਿਵਾਜ਼ ਨਹੀਂ ਹੈਗਾ ਤਾਂ ਇਹਨੇ ਕਿਹਾ ਕਿ ਮੇਰੀ ਕੁਛ ਨਹੀਂ ਵੈਸੇ ਹੀ ਆਹ ਸਭ ਡਰਾਮੇ ਹੋ ਰਹੇ ਸੀਗੇ ਫਿਰ ਸਰ ਜਦੋਂ 14th ਨੂੰ ਸੁਬਾਹ ਮੈਂ ਇਹਦੇ ਘਰੇ ਦੱਸਿਆ ਕਿ ਆਹ ਦੇਖੋ ਆਹ ਸਾਰੀਆਂ ਫੋਟੋਜ਼ ਨੇ ਤੇ ਹੁਣ ਦੱਸੋ ਮੈਂ ਕੀ ਕਰਾਂ ਇਹ ਆਹ ਸਾਰਾ ਕੁਛ ਕਰਦਾ ਪਿਆ ਤੁਹਾਡੀ ਸ਼ਾਦੀ 10 ਨੂੰ ਹੁੰਦੀ ਹੈ ਕਿੰਨੇ ਮਹੀਨੇ ਕਿੰਨੇ ਹਫ਼ਤੇ ਰਿਹਾ ਆ ਸਰ 10 ਫਰਵਰੀ ਤੋਂ 20 ਮਾਰਚ ਕਿੰਨੇ ਮਾਰਚ 20 ਮਾਰਚ 20th ਮਾਰਚ 20 ਮਾਰਚ ਨੂੰ ਇਹ ਇੰਗਲੈਂਡ ਨੂੰ ਚਲ ਜਾਂਦਾ ਆ ਹਾਂਜੀ ਸਰ ਫਿਰੋਜ਼ਪੁਰ ਤੋਂ ਚਲਾ ਜਾਂਦਾ 20th ਮਾਰਚ ਨੂੰ 21st ਦੀ ਇਹਦੀ ਫਲਾਈਟ ਸੀ ਸਰ ਤੁਸੀਂ ਡ੍ਰੌਪ ਕਰਨ ਗਏ ਏਅਰਪੋਰਟ ਤੇ ਨਹੀਂ ਸਰ ਕੋਈ ਵੀ ਨਹੀਂ ਗਿਆ ਸੀ ਮੈਂ ਉਹਨੂੰ ਕਿਹਾ ਸੀ ਕਿ ਆਪਾਂ ਮੈਟਰਿਡ ਨਾਲ ਚੱਲਦੇ ਹਾਂ ਉੱਥੋਂ ਮੈਂ ਵਾਪਿਸ ਆ ਜਾਊਂਗੀ ਬਾਏ ਏਅਰ ਅੰਮ੍ਰਿਤਸਰ ਤੱਕ ਬਟ ਇਹ ਮੈਨੂੰ ਨਹੀਂ ਲੈ ਕੇ ਗਿਆ ਇਹਦੀ ਸਾਰੀ ਫੈਮਿਲੀ ਕਹਿੰਦੀ ਕਿ ਨਹੀਂ ਉਹ ਇਕੱਲਾ ਚਲਾ ਜਾਏਗਾ ਟ੍ਰੇਨ ਤੇ ਨਹੀਂ ਜਾਣਾ ਤੁਸੀਂ ਆਸ ਵਿੱਚ ਤੁਹਾਡਾ ਫਿਜ਼ੀਕਲ ਰਿਲੇਸ਼ਨ ਬਣਾਇਆ ਸੀ ਹਸਬੰਡ ਵਾਈਫ ਵਾਲਾ ਹਾਂ ਸਰ ਉਹ ਤਾਂ ਆਫ ਕੋਰਸ ਬੀਇੰਗ ਅ ਹਸਬੰਡ ਸੀਗਾ ਹੀ ਸੋ ਤੁਸੀਂ ਹੈਪੀ ਸੀ ਆਪਣੇ ਹਸਬੰਡ ਤੋਂ ਹਸਬੰਡ ਤੁਹਾਡੇ ਤੋਂ ਖੁਸ਼ ਸੀਗਾ ਨਹੀਂ ਸਰ ਇਹ ਚੀਜ਼ਾਂ ਤਾਂ ਮੈਨੂੰ ਲੱਗਦਾ ਸੀ ਕਿਉਂਕਿ ਇਹ ਆਉਂਦਾ ਹੀ ਨਹੀਂ ਹੁੰਦਾ ਸੀ ਫਿਰ ਰੋਜ਼ ਰਾਤ ਨੂੰ ਡਰਿੰਕ ਕਰਕੇ ਆਉਂਦਾ ਸੀ ਜਦੋਂ ਕਿ ਇਹਨੇ ਮੈਨੂੰ ਵੀ ਇਹੀ ਕਿਹਾ ਹੋਇਆ ਸੀ ਕਿ ਮੈਂ ਡਰਿੰਕ ਨਹੀਂ ਕਰਦਾ ਕਦੀ ਮੇਰੇ ਫਾਦਰ ਨੂੰ ਵੀ ਇਹੀ ਕਿਹਾ ਸੀਗਾ ਤੇ ਜਦੋਂ ਰਿਸ਼ਤਾ ਪੱਕਾ ਹੋਇਆ ਸੀ ਉਦੋਂ ਚਾਚਾ ਜੀ ਉਹਦੇ ਜੋ ਵੀ ਸੀ ਈਵਨ ਇਹ ਵੀ ਖੁਦ ਦੀ ਫੈਮਿਲੀ ਇੱਕ ਸੈਕਿੰਡ ਮਧੂ ਜੀ ਮਧੂ ਸੁਣ ਰਹੇ ਤੁਸੀਂ ਮੇਰੀ ਆਵਾਜ਼ ਨੂੰ ਹਾਂਜੀ ਮੈਂ ਤੁਹਾਨੂੰ ਕਿੰਨੀ ਵਾਰੀ ਕਹਿ ਰਿਹਾ ਕਿ ਤੁਸੀਂ ਹੌਲੀ ਗੱਲ ਕਰੋ ਧੀਰਜ ਨਾਲ ਗੱਲ ਕਰੋ ਤੁਸੀਂ ਇੰਨੀ ਤੇਜ਼ ਕਿਉਂ ਬੋਲਦੇ ਹੋ ਹੌਲੀ ਗੱਲ ਕਰੋ ਸਲੋਲੀ ਗੱਲ ਕਰੋ ਪਲੀਜ਼ ਸਾਨੂੰ ਅੰਡਰਸਟੈਂਡ ਹੋਣ ਦਿਓ ਤੁਹਾਡੀ ਸਟੋਰੀ ਵਰਲਡ ਵਾਈਡ ਹੋ ਰਹੀ ਹੈ ਤੁਸੀਂ ਇੰਨਾ ਤੇਜ਼ ਬੋਲ ਰਹੇ ਹੋ ਟਾਈਮ ਵੇਸਟ ਹੋ ਰਿਹਾ ਮੇਰੇ ਬਾਰ ਬਾਰ ਰਿਪੀਟ ਕਰ ਦਿਓ ਗੱਲ ਨੂੰ ਇਜ਼ ਨੋ ਸੈਂਸ ਆਈ ਸ਼ੁੱਡ ਰਿਪੀਟ ਅਗੇਨ ਪਲੀਜ਼ ਮੇਕ ਸ਼ੋਰ ਸੋ ਤੁਹਾਡਾ ਹਸਬੰਡ ਜਿਹੜਾ ਉਹ ਸ਼ਰਾਬ ਪੀਂਦਾ ਸੀ ਰੋਜ਼ਾਨਾ ਹਾਂਜੀ ਸਰ ਡੇਲੀ ਡਰਿੰਕਰ ਡੇਲੀ ਡਰਿੰਕਰ ਸੋ ਵਿਆਹ ਵਾਲੇ ਦਿਨ ਵੀ ਪੀਤੀ ਸੀ ਜਿਹਨੇ ਹਾਂਜੀ ਸਰ ਸਟੇਜ ਤੋਂ ਲੈ ਕੇ ਗਿਆ ਇਹਦਾ ਬ੍ਰਦਰ ਇਹਨੂੰ ਉਸ ਦਿਨ ਵੀ ਇਹਨੇ ਪੀਤੀ ਸੀ ਸੋ ਹਰ ਰੋਜ਼ ਸ਼ਰਾਬ ਪੀਂਦਾ ਸੀ ਜਾਂ ਕੋਈ ਹੋਰ ਵੀ ਇਹ ਨਸ਼ਾ ਕਰਦਾ ਸੀ ਸਰ ਮੇਰੇ ਅਕੋਰਡਿੰਗ ਤਾਂ ਡਰਿੰਕ ਹੀ ਸੀ ਹੁਣ ਬਾਹਰੋਂ ਕੀ ਕਰਕੇ ਆਉਂਦਾ ਸੀ ਮੈਨੂੰ ਨਹੀਂ ਪਤਾ ਤੇ ਤੁਹਾਡੇ ਨਾਲ ਜਿੰਨੇ ਦਿਨ ਰਿਹਾ ਆ ਇਹਨੇ ਤੁਹਾਡੇ ਨਾਲ ਰਿਲੇਸ਼ਨ ਡੇਲੀ ਰੱਖੇ ਨੇ ਸਰ ਐਦਾਂ ਤਾਂ ਕੁਝ ਨਹੀਂ ਸੀ ਸੋ ਮਤਲਬ ਤੁਹਾਡੇ ਨਾਲ ਮਤਲਬ ਹਸਬੰਡ ਵਾਈਫ ਵਾਲਾ ਰਿਸ਼ਤਾ ਇਹਨੇ ਰੱਖਿਆ ਆ ਹਾਂਜੀ ਸਰ ਸੋ ਹੀ ਵਾਸ ਹੈਪੀ ਫਰੋਮ ਯੂ ਸਰ ਮੈਨੂੰ ਇਸ ਦਾ ਆਨਸਰ ਮੇਰੇ ਕੋਲ ਅੱਜ ਤੱਕ ਹੈ ਹੀ ਨਹੀਂ ਹੈ ਕਿ ਵੈਦਰ ਹੀ ਵਾਸ ਹੈਪੀ ਔਰ ਨਾਟ ਓ ਵੈਰੀ ਸੈਡ ਐਨੀਵੇ ਸੋ 20 ਮਾਰਚ ਨੂੰ ਚਲ ਜਾਂਦਾ ਆ ਤੇ ਜਾ ਕੇ ਫੋਨ ਕਰਦਾ ਹੈ ਕਿ ਮੈਂ ਪਹੁੰਚ ਗਿਆ ਜਾਂ ਤੁਸੀਂ ਕੀਤਾ ਫੋਨ ਪਹੁੰਚੇ ਨਹੀਂ ਸਰ ਇਹ ਮੈਨੂੰ ਫੋਨ ਨਹੀਂ ਕਰਦਾ ਸਰ ਮੈਂ ਇਹਨੂੰ ਖੁਦ ਫੋਨ ਕੀਤਾ ਪੁੱਛਣ ਲਈ ਕਿ ਪਹੁੰਚ ਗਿਆ ਤਾਂ ਇਹਨੇ ਮੈਨੂੰ ਕਿਹਾ ਕਿ ਯਾਰ ਮੇਰਾ ਸਿਮ ਕਾਰਡ ਗੁੰਮ ਹੋ ਗਿਆ ਤੇ ਮੈਂ ਕੱਲ੍ਹ ਜਾ ਰਿਹਾ ਕਿਤੇ ਹੋਰ ਕੰਮ ਤੇ ਜਾਣਾ ਤੇ ਮੈਂ 2-3 ਦਿਨਾਂ ਤੱਕ ਆਪਣਾ ਸਿਮ ਕਾਰਡ ਲਾਊਂਗਾ ਉਸ ਦਿਨ ਸਰ ਜਿਸ ਦਿਨ ਦੀ ਫਲਾਈਟ ਸੀ ਉਸ ਦਿਨ ਥਰਸਡੇ ਸੀ ਤੇ ਮੈਂ ਇਹਨੂੰ ਕਿਹਾ ਕਿ ਕੱਲ੍ਹ ਫਰਾਈਡੇ ਹੈ ਤੂੰ ਕੱਲ੍ਹ ਹੀ ਕਿਉਂ ਜਾਣਾ ਮੰਡੇ ਤੋਂ ਚਲੇ ਜਾਓ ਕੰਮ ਤੇ ਅੱਗੇ ਸੈਟਰਡੇ ਸੰਡੇ ਵੀਕਐਂਡ ਹੈ ਇਹਨੇ ਮੈਨੂੰ ਕਿਹਾ ਕਿ ਮੇਰਾ ਸਿਮ ਕਾਰਡ ਗੁੰਮ ਹੋ ਗਿਆ ਉਸ ਤੋਂ ਬਾਅਦ 3 ਦਿਨ ਕੰਟੀਨਿਊਸਲੀ ਮੈਨੂੰ ਕੋਈ ਕਾਲ ਮੈਸੇਜ ਨਹੀਂ ਆਈ ਸਰ ਤੇ 4th day ਮੈਂ ਇਹਦੇ ਨਾਲ ਜਿਹੜਾ ਮੁੰਡਾ ਰਹਿੰਦਾ ਮੈਂ ਉਹਨੂੰ ਫੋਨ ਕੀਤਾ ਕਿ ਵੀਰੇ ਹੈਗੇ ਕਿੱਥੇ ਆ ਮੈਨੂੰ ਨਹੀਂ ਪਤਾ ਤੁਸੀਂ ਪਲੀਜ਼ ਗੱਲ ਕਰਵਾ ਦੋਗੇ ਮੈਨੂੰ ਕਹਿ ਰਹੇ ਸੀ ਕਿ ਸਿਮ ਕਾਰਡ ਗੁੰਮ ਹੋ ਗਿਆ ਉਹ ਮੁੰਡਾ ਮੈਨੂੰ ਦੱਸਦਾ ਕਿ ਸਿਮ ਕਾਰਡ ਤਾਂ ਇਹਦੇ ਕੋਲ ਹੀ ਹੈ ਕਿਉਂਕਿ ਇਹਨੇ ਮੈਨੂੰ ਦੱਸਿਆ ਸੀ ਫੋਨ ਕਰਕੇ ਕਿ ਮੇਰੀ ਕੈਬ ਬੁੱਕ ਕਰ ਦੇ ਤੇ ਉਹ ਕਿਤੇ ਹੋਰ ਗਿਆ ਹੋਇਆ ਕਿਤੇ ਕੰਮ ਕੁੰਮ ਤੇ ਨਹੀਂ ਗਿਆ ਤੁਸੀਂ ਕਿਸੇ ਹੋਰ ਨੂੰ ਫੋਨ ਕਰਕੇ ਪੁੱਛੋ ਤਾਂ ਮੈਂ ਕਿਹਾ ਉਹਨੇ ਮੈਨੂੰ ਕਿਹਾ ਸੀ ਕਿ ਇੰਦਰ ਭਾਜੀ ਨਾਲ ਕੰਮ ਤੇ ਜਾਣਾ ਉਹ ਇਹਦਾ ਹੀ ਇੱਕ ਦੋਸਤ ਹੈ ਸਰ ਫਿਰ ਉਹਨੂੰ ਮੈਂ ਫੇਸਬੁੱਕ ਤੇ ਮੈਸੇਜ ਕੀਤਾ ਕਿ ਭਾਜੀ ਉਹ ਠੀਕ ਤਾਂ ਹੈ ਗੱਲ ਨਹੀਂ ਹੋ ਰਹੀ 3 ਦਿਨ ਪਹਿਲਾਂ ਮੈਨੂੰ ਕਿਹਾ ਸੀ ਕਿ ਕੰਮ ਤੇ ਆ ਤੇ ਉਸ ਤੋਂ ਬਾਅਦ ਨੈਟ ਬੰਦ ਹੈ ਉਹ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਉਹ ਬੰਦਾ ਇੰਡੀਆ ਤੋਂ ਆ ਗਿਆ ਤੁਸੀਂ ਰੁਕੋ ਮੈਂ ਤੁਹਾਨੂੰ ਫੋਨ ਕਰਕੇ ਪੁੱਛਦਾ ਉਹਨਾਂ ਨੇ ਫੋਨ ਕੀਤਾ ਸਰ ਤੇ ਇਹਨੇ ਆਨਸਰ ਦਿੱਤਾ ਕਿ ਭਾਜੀ ਤੁਸੀਂ ਮੇਰੀ ਵਾਈਫ ਨੂੰ ਨਾ ਦੱਸਿਓ ਪਰ ਮੈਂ ਬਰਮਿੰਘਮ ਆਇਆ ਹੋਇਆ ਆਪਣੇ ਕਿਸੇ ਦੋਸਤ ਨੂੰ ਮਿਲਣ ਤੇ ਸਰ ਉਹ ਕੁੜੀ ਬਰਮਿੰਘਮ ਦੀ ਹੈ ਜਿਹੜੀ ਸੋਨੀਆ ਬਾਂਗਾ ਮੈਂ ਤੁਹਾਨੂੰ ਦੱਸਿਆ ਸੀ
अच्छा एनीवे मैं जानना चाहता कि थोड़ा हस्बैंड है लास्ट टाइम थोड़े गलबात कदों की है बैडमिंटन पिच में तुसी टेलीकास्ट में बात बैठ रहे हो एक भी बार नहीं की थी मेरे नाल गल कभी भी गल नहीं की थी जदों भी करती थी मैं ही कॉल करती थी उस तो बाद इन्होंने मेरी नंबर कॉल सब ब्लॉक करता नहीं हुण थोड़ी लास्ट करो गल हुई है सर लास्ट गल मैं ही उन्होंने मैसेजेस करती रहनी हूँ अननोन नंबर तो क्योंकि मेरे सारे नंबर ब्लॉक्ड ने यह नहीं गल करता मेरी आवाज सुन के ही फोन कट कर दिंदा So, 4 महीने हो चले है थोड़े ब्याह होने लगभग हाँ जी सर सो थोड़े ना इन थोड़े ब्लॉक कर दिता हूँ हाँ जी सर हर जगह तो मैं ब्लॉक हूँ सो थानू इन्हें जो रहा है 20 मार्च तक करे कुटिया भी मारिया भी है थानू इन्हें हाँ जी सर इन्हें मैंने मारिया एक दिन मैंने रात में नॉर्मली सर एज अ वाइफ मैंने क्या रात की 2:30 बजे रूम से आया तो मैंने कहा कि यार रोज का बन गया हूं तो पी के आना थोड़ा अपने पर ध्यान दे दो इन्हें पता नहीं एक गल की कभी इन्हें चिड़ मची नशे थी या इन्हें जान के इंटेंशनली मारिया सर मैंने नहीं पता पर इन्हें मैंने बहुत मारिया उस दिन थलों भी सारे उत्तर आ गए थे तो मैं इन्हें एक गल कही थी कि तू अज तक मैंने कुछ कर नहीं रहा तू मेरा मैं तेन कुछ नहीं कहती तू ना तू मैनू कि बहर लैके जा रहा है ना तू मैनू ईवन मेरे घरे तक नहीं तू लैके जाता पाया मैं तेन कुछ नहीं कह रही पर अज तू मारदा पाया ये सब चीजा मैं बर्दाश्त नहीं कर सकती हूं तू मैं घरे जा लें या तो अज मैं पापा को जाऊंगी इसी टाइम से या फिर मैं पुलिस स्टेशन जाऊंगी क्योंकि हूं तेरी लिमिट क्रॉस हो चुकी है क्योंकि सर इन्हें उदो ही कहना स्टार्ट करता से पहले ही कि मैं तेरे कोर्ट मैरिज रजिस्टर नहीं करवानी तो मैं लग रहा है कि शायद ये मैं घरों क्ढन लिए ड्रामे कर रहे हैं सारे नहीं तुसी आज भी थी होल्ड ऑन तुसी एक मिनट एक सेकंड होल्ड ऑन प्लीज तुसी दो साल आज भी थी थोड़ा रिलेशन है फेसबुक पे तुसी गल्ला बात कर रहे हैं तुसी बाहर च मिले भी हैं उस तो बाद तुसी शादी कराई है हां जी हां तो तुम पता लगा कि मुंडे का बिहेवियर के हो गया है और उसके बाद उदो तक कि बिल्कुल सही थी मैंने नहीं पता मतलब सर क्योंकि मैं उदो स्टूडेंट थी जब मैं उनसे गल करनी स्टार्ट की है उस तो बाद मैं अपनी जॉब से बिजी हो गई सर बाय प्रोफेशन मैं डॉक्टर हूं कुछ टाइम लग भी सी मैंने यही लगता सी कि गल करता पे बस ठीक है मैं ब्लाइंड ट्रस्ट पे सी जी सर okay, मतलब तुसी एज अ प्रोफेशनल की काम ਤੁਹਾਡਾ ਤੁਸੀਂ ਆਰਐਨ ਹੋ ਜਾਂ ਡਾਕਟਰ ਹੋ ਨਹੀਂ ਨਹੀਂ ਸਰ ਆਡੀਓਲੋਜਿਸਟ ਐਂਡ ਸਪੀਚ ਪੈਥੋਲੋਜਿਸਟ ਤੁਸੀਂ ਕਿਹੜੇ ਹਸਪੀਟਲ ਵਿੱਚ ਹੋ ਸਰ ਮੈਕਸ ਹਸਪੀਟਲ ਵੇਅਰ ਇਜ਼ ਦੈਟ ਇਨ ਮੋਹਾਲੀ ਸਰ ਚੰਡੀਗੜ੍ਹ ਤੁਹਾਡੀ ਪੇ ਕਿੰਨੀ ਆ ਸਰ ਇਟ ਵਾਸ 45,000 ਹਾਂਜੀ 45,000 ਸਰ ਉਹਨੇ 45,000 ਰੁਪਏ ਡਾਕਟਰ ਦੀ ਪੇ ਆ ਹਾਂਜੀ ਸਰ ਆਡੀਓਲੋਜਿਸਟ ਸੋ ਤੁਸੀਂ ਸਟਿਲ ਦਾ ਸਰਵਿਸ ਕਰਦੇ ਹੋ ਸਰ ਰਾਈਟ ਨਾਓ ਮੈਂ ਗਵਰਨਮੈਂਟ ਜੌਬ ਜੁਆਇਨ ਕਰ ਲਈ ਹੈ ਸਰ ਮੈਂ ਦੱਸਣਾ ਨਹੀਂ ਚਾਹੁੰਦੀ ਕਿ ਮੈਂ ਕਿੱਥੇ ਹਾਂ ਕਿਉਂਕਿ ਮੈਂ ਮੈਨੂੰ ਕਾਫੀ ਜ਼ਿਆਦਾ ਉਧਰੋਂ ਟਾਰਚਰ ਕੀਤਾ ਗਿਆ ਸੀ ਤੁਸੀਂ ਹੁਣ ਇਹ ਜੌਬ ਛੱਡ ਕੇ ਤੁਸੀਂ ਗਵਰਨਮੈਂਟ ਜੌਬ ਜੁਆਇਨ ਕਰ ਲਈ ਹੁਣ ਹਾਂਜੀ ਹਾਂਜੀ ਸਰ ਮੇਰੀ ਗਵਰਨਮੈਂਟ ਜੌਬ ਗਵਰਨਮੈਂਟ ਜੌਬ ਪੰਜਾਬ ਗਵਰਨਮੈਂਟ ਦੀ ਗਵਰਨਮੈਂਟ ਜਿਹੜੀ ਜੌਬ ਲਈ ਹੈ ਸੈਂਟਰਲ ਗਵਰਨਮੈਂਟ ਸੈਂਟਰਲ ਗਵਰਨਮੈਂਟ ਓਕੇ ਸੋ ਜੂ ਨੋਟ ਡਿਸਕਲੋਸ ਕਿ ਤੁਸੀਂ ਕੀ ਕੰਮ ਕਰਦੇ ਹੋ ਸਰ ਆਮ ਆਡੀਓਲੋਜਿਸਟ ਓਨਲੀ ਆਮ ਵਰਕਿੰਗ ਐਜ਼ ਆਡੀਓਲੋਜਿਸਟ ਓਕੇ ਫਾਈਨ ਵੇਅਰ ਆਈ ਐਮ ਆਈ ਕੈਨਟ ਟੈਲ ਦ ਲੋਕੇਸ਼ਨ ਇਟਸ ਓਕੇ ਫਾਰ ਯੂਰ ਸੇਫਟੀ ਆਈ ਮਸਟ ਕੀਪ ਸੀਕ੍ਰੇਟ ਨੋ ਇਨ ਇਸ਼ੂ ਹੁਣ ਤੁਹਾਨੂੰ ਇਸ਼ੂ ਕੀ ਹੈ ਕਿ ਇਹ ਤੁਹਾਨੂੰ ਹੁਣ ਥ੍ਰੈਟ ਕਰਦਾ ਤੁਹਾਨੂੰ ਸਪਾਂਸਰ ਨਹੀਂ ਕਰਦਾ ਹੁਣ ਤੁਹਾਨੂੰ ਸਰ ਆਈ ਮਸਟ ਟੈਲ ਯੂ ਸਰ ਮੇਰੇ ਮੇਰਾ ਆਲਰੇਡੀ ਉੱਥੇ ਵਰਕ ਪਰਮਿਟ ਦਾ ਹੋ ਗਿਆ ਸੀ ਸਰ ਆਮ ਹੈਵਿੰਗ ਮਾਈ ਐਨ ਐਚ ਐਸ ਜੋਬ ਮੇਰਾ ਉੱਥੇ ਸਭ ਕੁਝ ਡਨ ਹੋ ਗਿਆ ਸੀਗਾ ਬਰਮਿੰਘਮ ਵਿੱਚ ਹੀ ਇਹ ਹਸਪਿਟਲ ਹੈ ਜਿੱਥੇ ਮੇਰੀ ਇੰਟਰਵਿਊ ਕਲੀਅਰ ਹੋ ਚੁੱਕੀ ਸੀ ਬਟ ਹੁਣ ਇਹਦੀ ਪ੍ਰੋਬਲਮ ਇਹ ਹੈ ਇਹ ਮੈਨੂੰ ਇਹ ਕਹਿੰਦਾ ਕਿ ਜੇ ਤੂੰ ਆ ਵੀ ਜਾਏਂਗੀ ਤਾਂ ਮੈਂ ਤੈਨੂੰ ਇੱਥੇ ਨਹੀਂ ਰੱਖਣਾ ਤੂੰ ਜਿੱਥੇ ਜਾਣਾ ਜਾ ਮੈਨੂੰ ਤਾਂ ਇੱਕ ਮਤਲਬ ਨਹੀਂ ਹੈ ਮਤਲਬ ਕੋਰਾ ਜਵਾਬ ਹੈ ਤਾਂ ਤੁਸੀਂ ਸੱਸ ਸਰਨ ਗੱਲ ਕੀਤੀ ਆਪਣੇ ਫਾਦਰ ਇਨ ਲਾਅ ਮਦਰ ਲਾਅ ਨਾਲ ਹਾਂਜੀ ਸਰ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡਾ ਤਾਂ ਵਿੱਚ ਕੋਈ ਰੋਲ ਹੀ ਨਹੀਂ ਹੈਗਾ ਕਿਉਂਕਿ ਸਰ ਜਦੋਂ ਉਹਦਾ ਬ੍ਰਦਰ ਗਿਆ ਉਸ ਤੋਂ ਬਾਅਦ ਤਾਂ ਉਹਨੇ ਮੇਰੇ ਪੇਰੈਂਟਸ ਨੂੰ ਵੀ ਕਲੀਅਰ ਕੱਟ ਮੈਸੇਜ ਕਰਤਾ ਸੀ ਕਿ ਮੈਂ ਆਪਣੇ ਭਰਾ ਨੂੰ ਬਾਹਰ ਕੱਢਣਾ ਸੀ ਮੈਂ ਕੱਢ ਲਿਆ ਅੱਜ ਤੋਂ ਬਾਅਦ ਤੁਹਾਡੀ ਕੁੜੀ ਮੈਨੂੰ ਫੋਨ ਮੈਸੇਜ ਨਾ ਕਰੇ ਨਾ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਹੂ ਸੈਡ ਦੈਟ ਯੂਰ ਫਾਸਟ ਗੁਰਪ੍ਰੀਤ ਹਾਂਜੀ ਸਰ ਗੁਰਪ੍ਰੀਤ ਸੋ ਤੁਸੀਂ ਮੈਰਿਜ ਤੋਂ ਰਜਿਸਟਰ ਨਹੀਂ ਹੋਈ ਕਿਉਂਕਿ ਨਹੀਂ ਸਰ ਕਰਵਾਈ ਨਹੀਂ ਸੀ ਉਹਨੇ ਰਜਿਸਟਰ ਨਹੀਂ ਕਰਵਾਈ ਸੀ ਇਸ ਓਕੇ ਪਰ ਤੁਹਾਡੇ ਕੋਲ ਫੋਟੋਜ਼ ਹੈ ਆਪਣੇ ਮੰਦਿਰ ਦੀਆਂ ਤੁਸੀਂ ਜਿੱਥੇ ਵੀ ਆਪਣੀ ਰਸਮ ਕੀਤੀ ਹੈ ਹਾਂਜੀ ਹਾਂਜੀ ਸਰ ਸਭ ਕੁਝ ਹੈ ਸਰ ਮੇਰੇ ਕੋਲ ਨੋ ਇਨ ਇਸ਼ੂ ਤੁਸੀਂ ਪੁਲਿਸ ਨੂੰ ਕੰਪਲੀਟ ਕੀਤਾ ਸਰ ਮੈਂ ਪੁਲਿਸ ਨੂੰ ਕੰਪਲੇਂਟ ਨਹੀਂ ਕੀਤਾ ਕਿਉਂਕਿ ਮੈਂ ਕਿਸੇ ਐਡਵੋਕੇਟ ਨੂੰ ਆਲਰੇਡੀ ਮਿਲੀ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਫਰਾਡ ਕੇਸ ਪ੍ਰੂਫ ਕਰਨ ਲਈ ਤੁਹਾਨੂੰ ਐਟਲੀਸਟ 6 ਮਹੀਨੇ ਦਾ ਟਾਈਮ ਚਾਹੀਦਾ ਹੈ
ਤੇ ਫਿਰ ਹਲੇ ਨੂੰ ਵਾਪਿਸ ਉੱਥੇ ਗਏ ਨੂੰ 6 ਮਹੀਨੇ ਨਹੀਂ ਹੋਏ ਉਹਨਾਂ ਨੇ ਮੈਨੂੰ ਇਹੀ ਸੁਜੈਸਟ ਕੀਤਾ ਸੀ ਕਿ 6 ਮਹੀਨੇ ਨੋ ਕੰਟੈਕਟ ਦੇ ਤੁਹਾਡੇ ਕੋਲ ਪ੍ਰੂਫ ਹੋਣੇ ਚਾਹੀਦੇ ਆ ਓਕੇ ਉਹ ਤਾਂ ਡਿਫਰੈਂਟ ਇਸ਼ੂ ਹੈ 6 ਮਹੀਨੇ ਦਾ ਕੰਟੈਕਟ ਕਰਨਾ ਬਟ ਤੁਸੀਂ ਇਹ ਤਾਂ ਕਹਿ ਸਕਦੇ ਹੋ ਨਾ ਕਿ ਤੁਹਾਡੇ ਹਸਬੰਡ ਨੇ ਤੁਹਾਨੂੰ ਜਦੋਂ ਇੱਥੇ ਆਇਆ ਸੀ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਕੁੱਟਿਆ ਮਾਰਿਆ ਤੁਸੀਂ ਉਹ ਕੇਸ ਰਜਿਸਟਰ ਕਰ ਸਕਦੇ ਹੋ ਨਾ ਉਹ ਚੀਜ਼ ਸਰ ਮੈਂ ਵੁਮਨ ਸੈਲ ਸਰ ਮੈਂ ਕੇਸ ਰਜਿਸਟਰ ਕਰਤਾ ਸੀਗਾ ਸਰ ਆਨਲਾਈਨ ਹੀ ਕਰਤਾ ਸੀ ਕਿਉਂਕਿ ਮੈਨੂੰ ਮੇਰੀ ਫੈਮਿਲੀ 'ਚ ਤਾਂ ਜਾਣ ਹੀ ਨਹੀਂ ਦਿੰਦਾ ਹੁੰਦਾ ਸੀ ਕਿਉਂਕਿ ਇਹਨੂੰ ਇਹ ਸੀ ਕਿ ਘਰੇ ਜਾ ਕੇ ਦੱਸੇਗੀ ਕੱਲ੍ਹ ਨੂੰ ਮੇਰਾ ਕੁਛ ਕਰਨ ਨੂੰ ਤੇ ਸਰ ਮੈਂ ਵੁਮਨ ਸੈਲ ਕੇਸ ਕੀਤਾ ਸੀ ਇਹਨੂੰ ਪਤਾ ਲੱਗ ਗਿਆ ਸੀ ਕਿ ਇਹਨੂੰ ਵੁਮਨ ਸੈਲ ਕੇਸ ਕਰਤਾ ਫਿਰ ਉਸ ਤੋਂ ਬਾਅਦ ਮੈਨੂੰ ਮੋਲਡ ਕੀਤਾ ਗਿਆ ਕਿ ਨਹੀਂ ਸਭ ਕੁਛ ਠੀਕ ਕਰ ਲਾਂਗੇ ਇਹ ਐਦਾਂ ਕੁਛ ਨਹੀਂ ਹੈਗਾ ਆਪਣਾ ਵਿਆਹ ਹੋਇਆ ਤੂੰ ਇਹ ਪਾਗਲਪਨ ਨਾ ਕਰ ਇਹ ਵੋ ਤੁਸੀਂ ਵਿਡਰਾਅ ਕਰ ਲਿਆ ਆਪਣਾ ਕੇਸ ਬਣਾ ਕੇ ਉਹ ਵਿਡਰਾਅ ਕਰ ਲਿਆ ਤੁਸੀਂ ਵਿਡਰਾਅ ਕਰ ਲਿਆ ਸੀ ਕੇਸ ਹਾਂਜੀ ਸਰ ਸਰ ਮੈਂ ਵਿਡਰਾਅ ਕਰ ਲਿਆ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਵਿਆਹ ਕੀਤਾ ਹੈ ਦੁਨੀਆ ਦੇ ਸਾਹਮਣੇ ਕਿਉਂ ਤਮਾਸ਼ਾ ਕ੍ਰੀਏਟ ਕਰਨਾ ਪਰ ਇਹਨੇ ਜਦ ਫੈਸਲਾ ਕਰ ਲਿਆ ਪੁਲਿਸ ਸਟੇਸ਼ਨ ਗਏ ਆ ਫਿਰ ਵਿਡਰਾਅ ਕਰ ਲਿਆ ਦੈਟਸ ਨਾਟ ਫੇਅਰ ਦੈਟਸ ਪ੍ਰੋਬਲਮ ਵੀ ਹੈਵ ਇਨ ਦੀ ਪੰਜਾਬੀ ਕਮਿਊਨਿਟੀ ਤੁਸੀਂ ਪਹਿਲਾਂ ਇੱਕਦਮ ਐਕਸ਼ਨ ਲੈ ਲੈਂਦੇ ਹੋ ਉਸ ਤੋਂ ਬਾਅਦ ਵਿਡਰਾਅ ਕਰ ਜਾਂਦੇ ਹੋ ਸੋ ਦੈਟਸ ਹੁਣ ਪੁਲਿਸ ਜਿਹੜੀ ਤੁਹਾਡੇ ਤੇ ਕਿਵੇਂ ਟਰਸਟ ਕਰੇਗੀ ਫਿਊਚਰ 'ਚ ਹੁਣ ਤੁਹਾਨੂੰ ਇਹ ਤੁਹਾਡਾ ਹਸਬੈਂਡ ਜਿਹੜਾ ਆ ਕੋਰੀ ਨਾ ਕਰ ਚੁੱਕਾ ਹੈ ਤੁਹਾਨੂੰ ਹੁਣ ਇੰਗਲੈਂਡ ਦਾ ਵੀਜ਼ਾ ਮਿਲ ਚੁੱਕਾ ਹੈ ਨਹੀਂ ਸਰ ਨਹੀਂ ਹੀ ਇਜ਼ ਨਾਟ ਰੈਡੀ ਟੂ ਡੂ ਦੈਟ ਓਕੇ ਸੋ ਇਹ ਤੁਹਾਨੂੰ ਥ੍ਰੈਟ ਕਰਦਾ ਹੁਣ ਕੀ ਸਰ ਤੁਹਾਨੂੰ ਥ੍ਰੈਟ ਕਰਦਾ ਪਰਸਨਲੀ ਥ੍ਰੈਟ ਕਰ ਰਿਹਾ ਪਰਸਨਲੀ ਥ੍ਰੈਟ ਨਹੀਂ ਕਰ ਰਿਹਾ ਸਰ ਇਹਨੇ ਮੈਨੂੰ ਮੇਰੇ ਫਾਦਰ ਨੂੰ ਮੇਰੇ ਮਦਰ ਨੂੰ ਇਹ ਮੈਸੇਜਸ ਕੀਤੇ ਆ ਕਿ ਜੇ ਮੈਂ ਇਹਦਾ ਪਿਓ ਮਰਵਾ ਦੂੰਗਾ ਫਿਰ ਆਪੇ ਮੇਰੇ ਕੋਲ ਰੋਂਦੀ ਆਊਗੀ ਇਹ ਵੋ ਸਰ ਆਹ ਸਭ ਬਲੈਕਮੇਲਿੰਗਸ ਕੀਤੀਆਂ ਗਈਆਂ ਮੈਂ ਤੁਹਾਨੂੰ ਸਕਰੀਨਸ਼ਾਟ ਸੈਂਡ ਕੀਤੇ ਆ ਨਹੀਂ ਫਿਰ ਥ੍ਰੈਟ ਇੱਥੇ ਹੋਲਡ ਔਨ ਹੋਲਡ ਆਈ ਕੁਡ ਅੰਡਰਸਟੈਂਡ ਤੁਸੀਂ ਡਾਕਟਰ ਹੋ ਤੇ ਮੇਰਾ ਸਵਾਲ ਸੀ ਤੁਹਾਨੂੰ ਥ੍ਰੈਟ ਕਰ ਰਹੇ ਯੂ ਸੈਡ ਨੋ ਸੋ ਆਫਟਰ ਦੈਟ ਕਿ ਤੁਸੀਂ ਮੇਰੇ ਫਾਦਰ ਨੂੰ ਮਰਾ ਦੂਗਾ ਇਹ ਥ੍ਰੈਟ ਨਹੀਂ ਹੋਇਆ ਫਿਰ ਪਰਸਨਲ ਥ੍ਰੈਟ ਕੁਝ ਨਹੀਂ ਹੈਗਾ ਕਿਉਂਕਿ ਇਹਨੂੰ ਪਤਾ ਹੀ ਨਹੀਂ ਹੈ ਐਗਜ਼ੈਕਟਲੀ ਕਿ ਮੈਂ ਹੈਗੀ ਕਿੱਥੇ ਯੂ ਡੋਨਟ ਅੰਡਰਸਟੈਂਡ ਇਹ ਥ੍ਰੈਟ ਹੈ ਨਾ ਪਰਸਨਲ ਮੀਨ ਕਿ ਪਰਸਨਲੀ ਥ੍ਰੈਟ ਹੋਇਆ ਨਾ ਤੁਹਾਡਾ ਜਿਹੜਾ ਤੁਹਾਡੀ ਇਮੀਡੀਏਟ ਫੈਮਿਲੀ ਆ ਉਹਨੂੰ ਤੁਸੀਂ ਪਰਸਨਲ ਥ੍ਰੈਟ ਕਹਿੰਦੇ ਹੋ ਯੂ ਟ੍ਰਾਈ ਟੂ ਅੰਡਰਸਟੈਂਡ ਤੁਸੀਂ ਐਜੂਕੇਟਡ ਹੋ ਔਰ ਆਈ ਕੁਡ ਅੰਡਰਸਟੈਂਡ ਕਿ ਤੁਸੀਂ ਇੱਕ ਡਾਕਟਰ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਕੀ ਪੁੱਛ ਰਿਹਾ ਤੁਸੀਂ ਜਵਾਬ ਕੀ ਦੇ ਰਹੇ ਹੋ ਵੈਰੀ ਟੈਰੀਬਲ ਫਾਰ ਮੀ ਐਨੀਵੇ ਸੋ ਤੁਹਾਡੇ ਫਾਦਰ ਕੀ ਕੰਮ ਕਰਦੇ ਨੇ ਸਰ ਉਹ ਇੱਕ ਐਨਜੀਓ ਚ ਓਕੇ ਸੋ ਇਹਨਾਂ ਦੇ ਫਾਦਰ ਜਿਹੜੇ ਨੇ ਉਹ ਕੀ ਕੰਮ ਕਰਦੇ ਨੇ ਸਰ ਉਹ ਰੇਲਵੇ ਚ ਰਿਟਾਇਰ ਹੋਏ ਨੇ ਨਾਮ ਕੀ ਉਹਨਾਂ ਦਾ ਮਿਸਟਰ ਦਰਸ਼ਨ ਸਿੰਘ ਕੀ ਨਾਮ ਦਰਸ਼ਨ ਸਿੰਘ ਦਰਸ਼ਨ ਸਿੰਘ ਤੁਹਾਡੇ ਮਦਰ ਦਾ ਨਾਮ ਕੀ ਆ ਉਹਨਾਂ ਦੀ ਮਦਰ ਦਾ ਨਾਮ ਹੈ ਸਰ ਇੱਕ ਮਿੰਟ ਜਸਵਿੰਦਰ ਕੌਰ ਤੁਹਾਡੇ ਨਾਲ ਉਹ ਚੰਗਾ ਬਿਹੇਵ ਕਰਦੇ ਸੀਗੇ ਸਰ ਜਦੋਂ ਸਭ ਕੁਛ ਤਾਂ ਮੇਨ ਹਸਬੈਂਡ ਦੇ ਹੱਥ ਹੁੰਦਾ ਨਾ ਜਦੋਂ ਉਹ ਵੀ ਸਹੀ ਨਹੀਂ ਸੀ ਤਾਂ ਫਿਰ ਬਾਕੀ ਸਾਰੇ ਤਾਂ ਕਿੱਦਾਂ ਹੀ ਸਹੀ ਹੋਣਗੇ ਮੇਰਾ ਸਵਾਲ ਇਹ ਨਹੀਂ ਹੈ ਮੇਰਾ ਸਵਾਲ ਸਟੇਟ ਫਾਰਵਰਡ ਆ ਤੁਹਾਡੀ ਮਦਰ ਨਾਲ ਤੁਹਾਡੇ ਨਾਲ ਬਿਹੇਵ ਕਰਦੀ ਸੀ ਪ੍ਰੋਪਰ ਯੈਸ ਔਰ ਨੋ ਸਰ ਮਦਰ ਇਨ ਲਾ ਨਾਲ ਮੇਰੀ ਪਹਿਲਾਂ ਵੀ ਨਹੀਂ ਸੀ ਸਹੀ ਹੈਗੀ ਬੌਂਡਿੰਗ ਬਟ ਫਾਦਰ ਇਨ ਲਾ ਵਾਸ ਵੈਰੀ ਗੁੱਡ ਉਹ ਬਹੁਤ ਵਧੀਆ ਸੀ ਫਾਈਨ ਸੇ ਨੋ ਹੁਣ ਤੁਸੀਂ ਪੁਲਿਸ ਨੂੰ ਇਹ ਕੇਸ ਦੇ ਸਕਦੇ ਹੋ ਕਿ ਤੁਹਾਡੇ ਹਸਬੈਂਡ ਨੇ ਤੁਹਾਡੇ ਨਾਲ ਫਰਾਡ ਕੀਤਾ ਆ ਕੀ ਦਸਤਾਵੇਜ਼ ਮੰਗਦੇ ਆ ਕੋਈ ਤੁਹਾਨੂੰ ਕੋਲ ਕੋਈ ਕਾਰ ਵਗੈਰਾ ਮੰਗਦੇ ਆ ਜਾਂ ਤੁਹਾਡੇ ਕੋਲ ਕੋਈ ਚੀਜ਼ ਮੰਗਦੇ ਆ ਮੈਨੂੰ ਇਸ ਗੱਲ ਤੇ ਕਾਫੀ ਜ਼ਿਆਦਾ ਕਿਹਾ ਗਿਆ ਸੀਗਾ ਕਿ ਤੇਰੇ ਪਿਓ ਨੇ ਦਿੱਤਾ ਕੀ ਹੈ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਓਕੇ ਤੇ ਆਈ ਐਮ ਹੈਵਿੰਗ ਪ੍ਰੂਫ ਫਾਰ ਦੈਟ ਕਿਉਂਕਿ ਮੈਨੂੰ ਇਹਨੇ ਉੱਥੇ ਪਹੁੰਚ ਕੇ ਦਿੱਤਾ ਅਸੀਂ ਕੋਸ਼ਿਸ਼ ਕੀਤੀ ਤੁਹਾਡੇ ਹਸਬੰਡ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਫੋਨ ਨਹੀਂ ਅਟੈਂਡ ਕਰ ਰਹੇ ਸੋ ਸਾਹਿਬ ਇਹਨਾਂ ਦੇ ਹਸਬੰਡ ਨੂੰ ਕਾਲ ਕਰੋਗੇ ਤੁਹਾਡੇ ਕੋਲ ਨੰਬਰ ਹੈ ਇਹਨਾਂ ਨੇ ਤੁਹਾਡੇ ਤੁਸੀਂ ਨੰਬਰ ਭੇਜਿਆ ਆਪਣੇ ਫਾਦਰ ਲਾਓ ਦਾ ਮਦਰ ਲਾਓ ਦਾ ਸਰ ਉਹਨਾਂ ਦੇ ਨੰਬਰ ਸਵਿਚ ਆਫ ਨੇ ਜਿਸ ਦਿਨ ਦਾ ਇਹ ਗਿਆ ਉਹ ਘਰੋਂ ਗਏ ਹੋਏ ਨੇ ਉਹਨਾਂ ਦੇ ਨੰਬਰ ਸਵਿਚ ਆਫ ਨੇ ਮੈਂ ਭੇਜ ਦਿੰਦੀ ਹਾਂ ਤੁਹਾਨੂੰ ਇਹ ਨੰਬਰ ਚੱਲਦੇ ਨਹੀਂ ਉਹਨਾਂ ਦੇ ਨਹੀਂ ਸਰ ਨਹੀਂ ਓ ਓਕੇ ਵੈਰੀ ਸੈਡ ਪਾਰਟ ਸੋ ਸਭ ਇਹਨਾਂ ਨੇ ਉਹਨਾਂ ਨੂੰ ਕਾਲ ਕੀਤੀ ਸੀ ਹੋਲਡ ਔਨ ਪਲੀਜ਼ ਹੋਲਡ ਔਨ ਪਲੀਜ਼ ਹੋਲਡ ਔਨ ਸੋ ਤੁਹਾਡੇ ਹਸਬੰਡ ਨਾਲ ਗੱਲ ਹੋਈ ਲਾਸਟ ਮੂਮੈਂਟ ਤੇ ਹੁਣ ਕਦੋਂ ਹੋਈ ਕੀ ਕਹਿੰਦੇ ਨੇ ਉਹ ਸਰ ਉਹਨਾਂ ਦਾ ਇਹੀ ਕਹਿਣਾ ਕਿ ਮੈਂ ਤੁਹਾਨੂੰ ਨਹੀਂ ਰੱਖਣਾ ਤੂੰ ਜਿੱਥੇ ਜਾਣਾ ਜੋ ਕਰਨਾ ਕਰਦੇ ਬਟ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਹਸਬੰਡ ਕਹਿੰਦੇ ਜੋ ਮਰਜ਼ੀ ਕਰਦੇ ਤੁਹਾਡੇ ਹਸਬੰਡ ਦਾ ਸ਼ਾਰਟ ਨੇਮ ਕੀ ਹੈ ਛੋਟਾ ਨਾਮ ਕੀ ਹੈ ਤੁਸੀਂ ਪਿਆਰ ਨਾਲ ਕੋਈ ਨਾਮ ਨਾ ਹੋ ਲੈ ਦਿੱਤੀ ਸਰ ਓਕੇ ਸਰ ਸਰ ਤੁਸੀਂ ਇਹਨਾਂ ਨੂੰ ਡਾਇਲ ਕਰੋ ਇਹਨਾਂ ਹਸਬੰਡ ਨੂੰ ਇੰਗਲੈਂਡ ਦੇ ਵਿੱਚ ਅਸੀਂ ਰਿੰਗ ਕਰਦੇ ਹਾਂ ਔਰ ਲੈਟਸ ਸੀ ਕਿ ਤੁਹਾਡੇ ਹਸਬੰਡ ਤੋਂ ਬਗੈਰ ਹੋਰ ਵੀ ਨੰਬਰ ਹੋਇਆ ਕੋਈ ਤੁਹਾਡੇ ਨਹੀਂ ਸਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਹੁਣ ਕਮਿਊਨਿਟੀ ਨੂੰ ਜਿਹੜੇ ਲੋਕ ਬਾਹਰ ਬੈਠੇ ਨੇ ਉਹਨਾਂ ਨੂੰ ਕਹਿਣਾ ਇਹਨਾਂ ਦੇ ਕੋਈ ਰਿਲੇਟਿਵਸ ਇਹਨਾਂ ਦੀ ਸਿਸਟਰ ਹੈ
हाँ जी सर. शी इज मैरिड? हाँ जी सर, बोथ आर मैरिड. बोथ सिस्टर बोथ मैरिड ने, ते ब्रदर लॉ एक है थोड़ा, देर है जेठ? हाँ जी सर, सर जेठ है. जेठ है? हाँ जी सर. वो मैरिड है? हाँ जी सर. और बच्चे ने? नहीं नहीं सर. ओके, वेयर इज नाउ इन इन आल्सो साउथ हॉल? इन साउथ हॉल, दे बोथ आर लिविंग टुगेदर सर. ओके, एक साउथ साउथ हॉल केड़ी स्ट्रीट ते रहंदे ने? एफ रोड ते. ਸਾਊਥਰ ਕਿੱਥੇ ਨੇ? ਕਲੋਜ਼ ਟੂ ਬ੍ਰੌਡਵੇ ਦੇ ਕਿੱਥੇ ਆ? ਸਾਊਥਰ ਕਿੱਥੇ ਕਿਹੜੇ ਏਰੀਏ ਵਿੱਚ? ਬ੍ਰੌਡਵੇ ਕੋਲ ਹੈ ਜੀਓਬੀ 1280 ਦਾ ਪੋਸਟ ਕੋਡ ਹੈ. ਮੈਂ ਤੁਹਾਨੂੰ ਐਡਰੈਸ ਦੱਸ ਦਿੰਦੀ ਹਾਂ, ਇੱਕ ਮਿੰਟ. ਐਡਰੈਸ ਕੀ ਹੈ ਪਤਾ ਕੁਛ ਤੁਹਾਨੂੰ ਆਪ ਜੀ ਨੂੰ? ਵਾਈਕਿੰਗ ਰੋਡ ਸਰ. ਹਾਂਜੀ, ਵਾਈਕਿੰਗ ਰੋਡ ਕਲੋਜ਼ ਟੂ ਬ੍ਰੌਡਵੇ. ਆਮ ਰਾਈਟ? ਹਾਂਜੀ ਸਰ. ਹਾਂਜੀ ਸਰ. ਸੋ ਸਰ ਆਹ ਨੰਬਰ ਤੁਸੀਂ ਅਸੀਂ ਕਮਰਸ਼ੀਅਲ ਬ੍ਰੇਕ ਲੈ ਲਈਏ, ਉਸ ਵਾਰ ਵਾਪਸ ਆ ਰਹੇ ਹਾਂ ਤਾਂ ਅਸੀਂ ਇਹਨਾਂ ਦੇ ਹਸਬੈਂਡ ਨੂੰ ਲਾਈਨ 'ਤੇ ਲਿਆਉਣ ਦੀ ਕੋਸ਼ਿਸ਼. ਮਦਰ ਜੀ ਲਾਈਨ ਨੂੰ ਹੋਲਡ ਰੱਖੋ, ਅਸੀਂ ਗੱਲਬਾਤ ਕਰਨੀ ਚਾਹੁੰਦੇ ਤੁਹਾਡੇ ਹਸਬੈਂਡ ਨਾਲ ਕਿ ਉਹ ਆਪਣਾ ਪੱਖ ਪੇਸ਼ ਕਰਦੇ ਨੇ ਤਾਂ ਉਹ ਕੀ ਕਹਿਣਾ ਚਾਹੁੰਦੇ ਨੇ. ਸੋ ਕਹਿਣ ਦਾ ਭਾਵ ਹੈ ਕਿ ਇਹ ਹੁਣ ਡੇ ਬਾਈ ਡੇ ਜਿੱਥੇ ਕੈਨੇਡਾ ਦੇ ਵਿੱਚ ਲੜਕੀਆਂ ਆਣ ਕੇ ਜਵਾਬ ਦੇ ਰਹੀਆਂ ਨੇ, ਹੁਣ ਇੰਗਲੈਂਡ ਦੇ ਲੋਕ ਵੀ ਜਿਹੜੇ ਬੱਚੇ ਵਿਆਹ ਕਰਾ ਕੇ ਜਵਾਬ ਦੇ ਰਹੇ ਨੇ, ਕਿਉਂਕਿ ਉੱਥੇ ਕਾਨੂੰਨ ਜਿਹੜਾ ਚੇਂਜ ਹੋ ਗਿਆ ਹੈ. ਉੱਥੇ ਹੁਣ ਲਾਅ ਚੇਂਜ ਹੋ ਗਿਆ ਕਿ ਉੱਥੇ ਵੀ ਸਪੋਜ਼ ਨੂੰ ਨਹੀਂ ਤੂੰ ਸੱਦ ਸਕਦੇ, ਨਾਲ ਕੈਰੀ ਨਹੀਂ ਕਰ ਸਕਦੇ, ਨਹੀਂ ਲਿਆ ਸਕਦੇ ਸੇਮ ਟਾਈਮ 'ਤੇ. ਪਹਿਲਾਂ ਤੁਸੀਂ ਲੜਕੀ ਨੇ ਜੇ ਕੋਰਸ ਕਰ ਲਿਆ ਤਾਂ ਆਪਣੇ ਹਸਬੈਂਡ ਨੂੰ ਨਾਲ ਲਿਆ ਸਕਦੇ ਸੇਮ ਟਾਈਮ 'ਤੇ. ਇਹ ਹੁਣ ਇੰਗਲੈਂਡ ਦੇ ਸਿਸਟਮ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਈ ਆ. ਤਬਦੀਲੀ ਲਿਆਉਣ ਦਾ ਗਵਰਨਮੈਂਟ ਦਾ ਕਾਰਨ ਹੈ ਕਿ ਲੋਕ ਜ਼ਿਆਦਾ ਫਰੋਡ ਕਰ ਰਹੇ ਸੀਗੇ. ਸੋ ਲੋਕ ਫੀਸ ਤਾਰਦੇ ਸੀਗੇ, ਲੜਕੀ ਨਾਲ ਆ ਜਾਂਦੇ ਸੀਗੇ. ਸੋ ਫੀਸ ਤਾਰਦੇ ਸੀ ਲੜਕੀ ਬਾਰੇ ਤਾਂ ਆਣ ਕੇ ਹੀ ਵੱਖਰੇ ਰਹਿ ਜਾਂਦੇ ਸੀਗੇ. ਤਾਂ ਹੁਣ ਉਹਨਾਂ ਨੇ ਗਵਰਨਮੈਂਟ ਨੇ ਸਿਸਟਮ ਚੇਂਜ ਕਰ ਦਿੱਤਾ ਆ ਕਿ ਲੋਕ ਜਿਹੜੇ ਫਰੋਡ ਕਰਨ, ਜਿਸ ਕਰਕੇ ਇੰਗਲੈਂਡ ਵਿੱਚ ਵੀ ਲਾਅ ਚੇਂਜ ਹੋਇਆ ਕੈਨੇਡਾ ਵਾਂਗੂ. ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਲੜਕੀਆਂ ਆਉਂਦੀਆਂ ਨੇ ਆਣ ਕੇ ਜਵਾਬ ਨਹੀਂ ਦਿੰਦੀਆਂ, ਇਸ ਤਰ੍ਹਾਂ ਹੀ ਹੁਣ ਲੜਕੀਆਂ ਜਾਂ ਲੜਕੇ ਆਣ ਕੇ ਫੀਸ ਲਵਾ ਕੇ ਜਵਾਬ ਦਿੰਦੇ. ਪਰ ਇਹ ਇੱਕ ਸਟੋਰੀ ਆ, ਇਹ ਪਹਿਲਾਂ ਲੜਕਾ ਗਿਆ ਹੋਇਆ ਸੀਗਾ ਅਤੇ ਇਹਨਾਂ ਨੇ ਫੇਸਬੁੱਕ 'ਤੇ ਇਹਨਾਂ ਦੀ ਦੋਸਤੀ ਪਈ ਆ. ਤੁਸੀਂ ਆਪਣੇ ਹਸਬੈਂਡ ਨੂੰ ਇੰਡੀਆ ਵਿੱਚ ਫੇਸਬੁੱਕ ਤੋਂ ਪਹਿਲਾਂ ਪਰਸਨਲੀ ਤੌਰ ਤੇ ਸਕੂਲ ਕਾਲਜ ਦੇਖਿਆ ਸੀ ਤੁਹਾਡੇ ਏਰੀਆ ਦੇ? ਨਹੀਂ ਸਰ. ਤੇ ਤੁਹਾਡੇ ਇਸ ਤੁਹਾਡੇ ਹਸਬੈਂਡ ਦੀ ਸਿਸਟਰ ਤੁਹਾਡੇ ਨਾਲ ਪੜ੍ਹਦੀ ਸੀ, ਭਰਜਾਈ ਪੜ੍ਹਦੀ ਸੀ? ਨਹੀਂ ਸਰ, ਇਹਨਾਂ ਦੀ ਭਰਜਾਈ ਮੇਰੇ ਨਾਲ ਪੜ੍ਹਦੀ ਸੀ. ਇਹਨਾਂ ਦੀ ਭਰਜਾਈ ਪੜ੍ਹਦੀ ਸੀ? ਤੇ ਤੁਸੀਂ ਇਹਦੀ ਭਰਜਾਈ ਨੂੰ ਕਦੇ ਵੇਖਣ ਗਏ ਸੀ ਇਹਨਾਂ ਦੇ ਘਰ? ਸਰ ਉਹਨਾਂ ਦੀ ਮੈਰਿਜ ਲਾਸਟ ਈਅਰ ਹੀ ਹੋਈ ਹੈ 12th ਜੂਨ ਨੂੰ, ਜਦੋਂ ਮੈਨੂੰ ਫਸਟ ਟਾਈਮ ਮਿਲੀ ਹੈ. ਤੁਹਾਡੇ ਵਿਆਹ ਤੋਂ ਪਹਿਲਾਂ ਸ਼ਾਦੀ ਹੋਈ ਹੈ? ਤੁਹਾਡੇ ਮਾਂ ਪਿਓ ਪਤਾ ਹੈ ਕਿ ਤੁਸੀਂ ਇਸ ਲੜਕੇ ਦੇ ਨਾਲ ਪਿਆਰ ਕਰਦੇ ਹੋ, ਤੁਸੀਂ ਵਿਆਹ ਕਰਾਉਣੇ ਦੇ ਨਾਲ? ਨਹੀਂ ਸਰ, ਉਹਨਾਂ ਨੂੰ ਮੈਂ ਉਦੋਂ ਹੀ ਜਦੋਂ ਇੰਡੀਆ ਆਉਣ ਵਾਲਾ ਸੀ. ਨਹੀਂ, ਜਦੋਂ ਇੰਡੀਆ ਆਇਆ ਵਿਆਹ ਤੇ ਆਇਆ ਦੱਸਿਆ ਸੀਗਾ ਆਪਣੇ ਫਾਦਰ ਨੂੰ? ਸਰ ਉਦੋਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਵੀ ਉਸੇ ਫੈਮਿਲੀ ਚੋਂ ਹੈ. ਮੈਂ ਇਹ ਕਿਹਾ ਸੀ ਕਿ ਮੈਂ ਫਰੈਂਡ ਦੀ ਮੈਰਿਜ ਤੇ ਜਾ ਰਹੀ ਹਾਂ. ਨਹੀਂ, ਤੂੰ ਦੱਸਿਆ ਕਿਉਂ ਨਹੀਂ? ਤੁਸੀਂ ਇੱਕ ਡਾਕਟਰ ਹੋ, ਜ਼ਿੰਮੇਵਾਰ 25 ਸਾਲ ਦੇ ਹੋ, ਸਹੀ ਪਤਾ ਸੀ ਇਹਦੇ ਬਾਰੇ ਕਿਉਂਕਿ ਉਹ ਨਹੀਂ ਮਿਲੇ ਸੀ. ਉਹ ਕਹਿ ਰਹੇ ਸੀ ਕਿ ਠੀਕ ਹੈ ਆਪਾਂ ਮਿਲ ਕੇ ਗੱਲ ਕਰਦੇ ਹਾਂ. ਨੋ 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 ਨੋ, ਯੂ ਟੈਲ ਮੀ, ਮਾਈ ਬਿਗੇਸਟ ਮਿਸਟੇਕ. ਯੂ ਟੈਲ ਮੀ ਵਨ ਥਿੰਗ, ਵਾਈ ਯੂ ਹਾਈਡ ਫਰੋਮ ਯੋਰ ਪੇਰੈਂਟਸ? ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਨਹੀਂ ਜਾਣ ਦੇਣਗੇ. ਦੈਟ ਵਾਸ ਮਾਈ ਬਿਗੇਸਟ ਮਿਸਟੇਕ ਸਰ. ਆਈ ਐਡਮਿਟ ਸਰ. ਐਜੂਕੇਟਡ ਹੋ, ਪੜ੍ਹੇ ਲਿਖੇ ਹੋ, ਤੁਹਾਡੀ ਡਾਕਟਰੀ ਕੀਤੀ ਹੋਈ ਹੈ. ਆਈ ਕੁਡ ਅੰਡਰਸਟੈਂਡ ਕਿ ਤੁਸੀਂ ਆਪਣੇ ਆਪ ਹੀ ਜਲ ਵਿਸ਼ਵਾਸ ਕਿ ਤੁਹਾਡੇ ਪੇਰੈਂਟਸ ਫਾਈਂਡ ਆਊਟ ਕਰਦੇ ਕਿਹੋ ਜਿਹੀ ਫੈਮਿਲੀ, ਕਿਹੋ ਜਿਹੇ ਮੁੰਡਾ ਗੱਲਬਾਤ ਕਰਦੇ, ਤੁਹਾਡੀ ਲਾਈਫ ਜਿਹੜੀ ਆ ਇਹਨਾਂ ਹਾਲਾਤਾਂ ਵਿੱਚ ਨਾ ਜਾਂਦੀ. ਹੁਣ ਤੁਸੀਂ ਜ਼ਿੰਮੇਵਾਰ ਖੁਦ ਆਪ ਹੋ, ਤੁਸੀਂ ਆਪਣੇ ਪੇਰੈਂਟਸ ਤੱਕ ਨਹੀਂ ਦੱਸਿਆ. ਤੁਸੀਂ ਆਪਣੀ ਭਰਜਾਈ ਨੂੰ ਦੱਸਿਆ ਸੀ ਕਿ ਤੁਹਾਡਾ ਦੇਰ ਜਿਹੜਾ ਆ ਮੇਰੇ ਰਿਲੇਸ਼ਨ ਵਿੱਚ ਆ? ਟੈਲ ਮੀ ਟਰੂ. ਹਾਂਜੀ ਹਾਂਜੀ ਸਰ, ਉਹਨਾਂ ਨੂੰ ਸਭ ਕੁਝ ਪਤਾ ਸੀ ਫਰੋਮ ਲਾਸਟ 2 ਇਅਰਸ ਹੀ ਵਾਸ ਅਵੇਅਰ. ਤੁਹਾਡੀ ਜਿਹੜੀ ਫਰੈਂਡ ਸੀਗੀ, ਇਹਦੀ ਭਰਜਾਈ, ਤੁਹਾਡੀ ਜਿਠਾਣੀ, ਹਾਂਜੀ, ਉਹਨੂੰ ਦੱਸਿਆ ਤੁਸੀਂ ਕਿ ਮੇਰੇ ਨਾਲ ਗੱਲਾਂ ਬਾਤਾਂ ਕਰਦਾ, ਮੈਂ ਇਹਨਾਂ ਵਿਆਹ ਕਰਾਉਣਾ? ਹਾਂਜੀ ਹਾਂਜੀ ਸਰ, ਇਹਨਾਂ ਨੂੰ ਸਭ ਪਤਾ ਸੀ. ਜਦੋਂ ਵਿਆਹ ਤੇ ਆਏ ਆਪਣੇ ਭਰਾ ਤੇ, ਤੁਸੀਂ ਆਪਸ ਵਿੱਚ ਘੁੰਮਣ ਫਿਰਨ ਗਏ ਬਾਹਰ? ਤੁਸੀਂ ਤੁਹਾਡੇ ਰਿਲੇਸ਼ਨ ਜਿਹੜੇ ਆ ਵਿਆਹ ਤੋਂ ਪਹਿਲਾਂ ਫਿਜ਼ੀਕਲੀ ਬਣੇ ਆ? ਟੈਲ ਮੀ ਟਰੂ ਆਰ ਨਾਟ? ਨਹੀਂ ਨਹੀਂ ਸਰ, ਨਹੀਂ. ਡੋਂਟ ਬੀ ਲਾਈ. ਨਹੀਂ ਨਹੀਂ ਸਰ, ਕੁਝ ਨਹੀਂ ਸੀ ਅੱਦਾ ਦਾ. ਤੁਸੀਂ ਵਿਆਹ ਤੋਂ ਪਹਿਲਾਂ ਕਦੇ ਫਿਜ਼ੀਕਲੀ ਤੌਰ ਤੇ ਆਪਸ ਮਿਲਿਆ? ਤੁਸੀਂ ਕਦੇ ਚਾਹ ਤੇ ਗਏ ਹੋ, ਡਿਨਰ ਤੇ ਗਏ ਹੋ, ਮੂਵ ਦੇਖਣ ਗਏ ਹੋ ਜਾਂ ਘੁੰਮਣ ਗਏ ਹੋ? ਸਰ, ਆਈ ਵੈਂਟ ਟੂ ਮੂਵੀ ਵਿਦ ਹਿਮ, ਬਟ ਦੈਟ ਟੂ ਆਫਟਰ 15th ਜੁਲਾਈ, ਕਿਉਂਕਿ 15th ਜੁਲਾਈ ਨੂੰ ਇੰਗੇਜਮੈਂਟ ਹੋ ਗਈ ਸੀ ਸਰ. ਉਹ ਠੀਕ ਹੈ, ਪਰ ਤੁਸੀਂ ਵਿਆਹ ਤੋਂ ਪਹਿਲਾਂ ਬਾਹਰ ਨਹੀਂ ਗਏ ਨਾਲ ਮੁੰਡੇ ਨਾਲ?
ਜਾਂ ਡੇ ਟਾਈਮ ਤੁਸੀਂ ਸਪੈਂਡ ਨਹੀਂ ਕੀਤਾ ਟਾਈਮ ਸ਼ਾਪਿੰਗ ਗਏ ਹੋਵੋ ਸ਼ਾਪਿੰਗ ਸਰ ਇਹ ਸਾਰੀ ਫੈਮਿਲੀ ਮਤਲਬ ਵੀਰਾ ਭਾਬੀ ਤੇ ਗਿੱਪੀ ਇਹ ਤਿੰਨੋਂ ਆਏ ਸੀ ਚੰਡੀਗੜ੍ਹ ਆਏ ਸੀ ਮੇਰੇ ਕੋਲ ਇਹਨਾਂ ਨੇ ਸ਼ਾਪਿੰਗ ਵਗੈਰਾ ਕੀਤੀ ਅਸੀਂ ਸਾਰੇ ਘੁੰਮੇ ਆ ਤੇ ਉਸੇ ਦਿਨ ਸ਼ਾਮ ਨੂੰ ਇਹ ਵਾਪਿਸ ਆ ਗਈ ਫਿਰੋਜ਼ਪੁਰ ਮਤ ਤੁਹਾਡੇ ਨਾਲ ਤੁਸੀਂ ਸੈਪਰੇਟ ਨਹੀਂ ਗਏ ਇੱਕ ਦੋ ਰਾਤਾਂ ਜਾਂ ਇੱਕ ਦੋ ਦਿਨ ਤੁਸੀਂ ਇਕੱਠੇ ਨਹੀਂ ਸਰ ਨਹੀਂ ਓਕੇ ਇੱਕ ਘੰਟਾ ਵੀ ਤੁਸੀਂ ਬਾਹਰ ਨਹੀਂ ਗਏ ਇਕੱਠੇ ਨਹੀਂ ਸਰ ਕਿਉਂਕਿ 12th ਜੂਨ ਨੂੰ ਇਹਦੇ ਬ੍ਰਦਰ ਦੀ ਮੈਰਿਜ ਸੀ ਸਰ ਉਹ ਤਾਂ ਬਿਜ਼ੀ ਸੀ ਸਰ 29th ਜੂਨ ਨੂੰ ਸਰ ਮੇਰੇ ਹਸਬੰਡ ਨਾਲ ਗੱਲ ਕਰੋ ਪਲੀਜ਼ ਅਸੀਂ ਸੰਦੇਸ਼ ਲੈ ਰਹੇ ਹਾਂ ਔਰ ਇਹਨਾਂ ਹਸਬੈਂਡ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਲਓ ਕਿ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਕੀ ਕਰਦੇ ਨੇ ਅਤੇ ਕੀ ਨਹੀਂ ਕਰਦੇ ਲੜਕੀ ਦੇ ਇੱਕ ਸੂਰ ਹੈ ਮਧੂ ਨੂੰ ਚਾਹੀਦਾ ਸੀ ਕਿ ਆਪਣੇ ਪੇਰੈਂਟਸ ਨਾਲ ਗੱਲ ਕਰਦੀ ਕਿ ਮੈਂ ਆਲਰੇਡੀ ਇੱਕ ਮੁੰਡੇ ਨੂੰ ਪਸੰਦ ਕਰ ਲਿਆ ਆ ਔਰ ਤੁਸੀਂ ਵੇਖ ਲਓ ਕਿ ਮੁੰਡਾ ਆਲਰੇਡੀ ਇੰਗਲੈਂਡ ਤੋਂ ਆਇਆ ਹੋਇਆ ਜਿਹੜਾ ਕਿ ਸਟੂਡੈਂਟ ਹੈ ਮੈਨੂੰ ਲੱਗਦਾ ਕਿ ਇਹ ਸਮੱਸਿਆ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਬੱਚੇ ਜਦੋਂ ਆਪਣੀ ਮਾਂ ਪਿਓ ਤੋਂ ਹਾਈਡ ਕਰਦੇ ਨੇ ਰਿਜ਼ਲਟ ਜਿਹੜਾ ਹੈ ਤੁਹਾਡੇ ਸਾਹਮਣੇ ਫੇਸ ਤਰ੍ਹਾਂ ਆਉਂਦਾ ਬੱਚੇ ਨੂੰ ਅੱਜ ਦੇ ਪ੍ਰਮ ਵਿੱਚ ਨਸੀਹਤ ਮਿਲੇਗੀ ਕਦੇ ਵੀ ਆਪਣੇ ਪੇਰੈਂਟਸ ਤੋਂ ਹਾਈਡ ਨਾ ਕਰੋ ਤੁਹਾਨੂੰ ਮਾਂ ਪਿਓ ਨੇ ਜਨਮ ਦਿੱਤਾ ਹੈ ਮਾਂ ਬਾਪ ਹਮੇਸ਼ਾ ਹੀ ਤੁਹਾਡੇ ਬਸ ਚੰਗਾ ਸੋਚਦੇ ਨੇ ਤੁਸੀਂ ਕੁਝ ਲੁਕੋਵੋਗੇ ਤਾਂ ਰਿਜ਼ਲਟ ਇਹੋ ਜਿਹਾ ਆਵੇਗਾ ਜਿਹੜੇ ਇਸ ਵੇਲੇ ਮਧੂ ਫੇਸ ਕਰ ਰਹੀ ਹੈ ਮਧੂ ਦੀ ਗਲਤੀ ਇਹ ਆ ਕਿ ਮਧੂ ਆਪਣੇ ਪੇਰੈਂਟਸ ਨੂੰ ਦੱਸਦੀ ਕਿ ਮੈਂ ਬੱਚੇ ਨੂੰ ਇੱਕ ਲੜਕੀ ਨੂੰ ਵੇਖ ਚੁੱਕੀ ਹਾਂ ਜਿਹੜਾ ਕਿ ਇੰਗਲੈਂਡ ਦੇ ਵਿੱਚ ਸਟੱਡੀ ਕਰਨ ਗਿਆ ਹੋਇਆ ਅਤੇ ਇਸ ਵੇਲੇ ਇੰਡੀਆ ਆਇਆ ਹੋਇਆ ਅਤੇ ਮੈਂ ਇਹਨੂੰ ਮਿਲਣ ਜਾ ਰਹੀ ਹਾਂ ਔਰ ਜਾਂ ਫਿਰ ਇਹ ਸ਼ਾਦੀ ਵੀ ਅਟੈਂਡ ਕਰਨ ਜਾ ਰਹੀ ਹੈ ਜਦ ਕਿ ਸਭ ਕੁਝ ਇਹਨੇ ਹਾਈਡ ਕੀਤਾ ਆਪਣੇ ਮਾਂ ਬਾਪ ਤੋਂ ਮਾਂ ਬਾਪ ਤੋਂ ਹਾਈਡ ਕਰੋਗੇ ਤਾਂ ਤੁਹਾਨੂੰ ਇਹੋ ਜਿਹੇ ਦਿਨ ਦੇਖਣੇ ਪੈਣਗੇ ਸੋ ਅੱਜ ਦੇ ਪ੍ਰੋਗਰਾਮ ਵਿੱਚ ਐਡਵਾਈਸ ਹੈ ਤੁਹਾਨੂੰ ਵਾਰਨਿੰਗ ਹੈ ਬੱਚਿਆਂ ਨੂੰ ਫਿਊਚਰ ਦੇ ਵਿੱਚ ਆਪਣੀ ਲਾਈਫ ਪ੍ਰਤੀ ਕਿ ਤੁਸੀਂ ਸੋਚ ਸਮਝ ਕੇ ਸ਼ਾਦੀ ਕਰੋ ਔਰ 25 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਇਹੋ ਧੋਖਾ ਖਾ ਜਾਵੋ ਇਹ ਗਲਤੀ ਤੁਹਾਡੀ ਹੈ ਪੇਰੈਂਟਸ ਦੀ ਨਹੀਂ ਹੈ ਤੁਸੀਂ ਜ਼ਿੰਮੇਵਾਰ ਇਸ ਚੀਜ਼ ਦੇ ਮਧੂਰੀ ਲਾਈਨ ਨੂੰ ਹੋਲਡ ਰੱਖੋ ਫੈਸਲਾ ਕੀਤਾ ਆਪਣਾ ਮਧੂ ਜੀ ਤੁਹਾਡੇ ਜਿਹੜੇ ਇਨ ਲਾਸ ਨੇ ਹੁਣ ਕਿੱਥੇ ਰਹਿੰਦੇ ਨੇ ਫੌਰਨ ਕੰਪਲੇਂਟ ਕਰੋ ਐਸਐਸਪੀ ਨੂੰ ਕਿ ਤੁਹਾਡੇ ਨਾਲ ਫਰਾਡ ਕੀਤਾ ਆ ਸ਼ਾਦੀ ਕਰਾ ਕੇ ਚਲੇ ਗਿਆ ਤੇ ਸ਼ਾਦੀ ਰਜਿਸਟਰ ਨਹੀਂ ਕਰਾਈ ਸਾਡੇ ਕੋਲ ਅਨਾ ਪ੍ਰੂਫ ਨੇ ਇਹ ਫਰਾਡ ਨੂੰ ਪ੍ਰੂਫ ਕਰਨ ਵਾਸਤੇ ਕੋਰਟ ਵਿੱਚ ਜਾਣ ਲਈ ਤੇ ਤੁਸੀਂ ਵੇਟ ਕਿਉਂ ਕਰ ਰਹੇ 6 ਮਹੀਨੇ ਦੀ ਤੁਸੀਂ ਵਕੀਲ ਆਪਣਾ ਚੇਂਜ ਕਰੋ ਵਕੀਲ ਦੀ ਤੁਹਾਨੂੰ ਲੋੜ ਨਹੀਂ ਹਾਲੇ ਇਹ ਪੁਲਿਸ ਦਾ ਮੈਟਰ ਹੈ ਜਿਹੜਾ ਅਟੋਰਨੀ ਆ ਉਹਨਾਂ ਨੇ ਆਪਣੇ ਆਪ ਕੇਸ ਤੁਹਾਡਾ ਹੈਂਡਲ ਕਰਨਾ ਆ ਇਹਦੇ ਵਿੱਚ ਤੁਹਾਨੂੰ ਪੈਸੇ ਵੀ ਖਰਚਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਵਿਕਟਮ ਹੋ ਸੋ ਹੁਣ ਤੁਸੀਂ ਤੁਹਾਡਾ ਹਸਬੈਂਡ ਕਹਿਤਾ ਕਿ ਟੋਟਲ ਜੇ ਤੁਸੀਂ ਆ ਵੀ ਜਾਂਦੇ ਆ ਇੰਗਲੈਂਡ ਦੇ ਵਿੱਚ ਤੁਸੀਂ ਆਪਣੇ ਆਪ ਵਰਕ ਪਰਮਿਟ ਲਈ ਅਪਲਾਈ ਕਰੋ ਤਾਂ ਤੁਹਾਨੂੰ ਮਿਲ ਸਕਦਾ ਵਰਕ ਪਰਮਿਟ ਹਾਂਜੀ ਸਰ ਬਿਲਕੁਲ ਤੇ ਤੁਸੀਂ ਆਪਣੇ ਆਪ ਅਪਲਾਈ ਕਰੋ ਵਰਕ ਪਰਮਿਟ ਲਈ ਫਿਰ ਜੇ ਮਿਲਦਾ ਤਾਂ ਯੂ ਸ਼ੁੱਡ ਹੈਵ ਇਟ ਬਟ ਸਰ ਆਈ ਡੋਨਟ ਹੈਵ ਐਨੀਵਨ ਐਲਸ ਓਵਰ ਦੇਅਰ ਤਾਂ ਫਿਰ ਉਸ ਤੋਂ ਬੈਟਰ ਹੈ ਕਿ ਮੈਂ ਕਿਤੇ ਹੋਰ ਜਾਵਾਂਗੀ ਜਿੱਥੇ ਮਾਈ ਬ੍ਰਦਰ ਇਜ਼ ਇਨ ਆਸਟ੍ਰੇਲੀਆ ਸਰ ਫਿਰ ਮੈਂ ਉੱਥੇ ਜਾਵਾਂਗੀ ਨਾ ਨਹੀਂ ਹੁਣ ਜਾਣ ਦਾ ਮੈਨੂੰ ਕੁਛ ਨਹੀਂ ਹੈ ਜਦੋਂ ਇਹਨੇ ਮੈਨੂੰ ਰੱਖਣਾ ਹੀ ਨਹੀਂ ਹੈ ਸਰ ਫਿਰ ਮੈਂ ਵੀ ਜ਼ਬਰਦਸਤੀ ਥੋੜ੍ਹੀ ਨਾ ਉਹਦੇ ਕੋਲ ਜਾ ਕੇ ਰਹਿ ਸਕਦੀ ਹਾਂ ਨਹੀਂ ਮੇਰੇ ਕੋਲ ਭਾਵ ਹੈ ਕਿ ਤੁਸੀਂ ਜਾਣਾ ਚਾਹੁੰਦੇ ਜੇ ਵਰਕ ਪਰਮਿਟ ਮਿਲਦਾ ਆ ਤੁਸੀਂ ਇੰਗਲੈਂਡ ਜਾ ਕੇ ਵੀ ਇਹਦੇ ਉੱਪਰ ਕੇਸ ਕਰ ਸਕਦੇ ਹੋ ਹੀ ਵਿਲ ਬੀ ਇਨ ਟ੍ਰਬਲ ਕਿਉਂਕਿ ਤੁਸੀਂ ਉੱਥੋਂ ਦੀ ਗਵਰਨਮੈਂਟ ਨੂੰ ਇਨਫੋਰਮ ਕਰ ਸਕਦੇ ਹੋ ਕਿ ਇਹ ਮੇਰੇ ਨਾਲ ਮੈਰਿਡ ਕਰਾ ਕੇ ਆਇਆ ਤੇ ਇਹਨੂੰ ਇਮੀਗ੍ਰੇਸ਼ਨ ਡਿਮੈਂਡ ਨਹੀਂ ਇੰਗਲੈਂਡ ਦੀ ਕਦੇ ਵੀ ਓਕੇ ਸਰ ਇਹਨੂੰ ਇਮੀਗ੍ਰੇਸ਼ਨ ਡਿਮੈਂਡ ਤੁਸੀਂ ਆਪਣੇ ਆਪ ਨੂੰ ਜਾ ਕੇ ਰਿਪ੍ਰੈਜ਼ੈਂਟ ਕਰ ਸਕਦੇ ਹੋ ਕੇਸ ਇਮੀਗ੍ਰੇਸ਼ਨ ਨੂੰ ਜਾ ਕੇ ਦੱਸ ਸਕਦੇ ਹੋ ਕਿ ਮੈਂ ਮੈਰਿਡ ਹਾਂ ਜਦੋਂ ਤੁਸੀਂ ਵੀਜ਼ੇ ਲਈ ਅਪਲਾਈ ਕਰੋਗੇ ਤੁਸੀਂ ਮਸਟ ਫਾਰਮ ਤੇ ਭਰੋਗੇ ਕਿ ਆਈ ਐਮ ਮੈਰਿਡ ਵੂਮਨ ਸਰ ਆਈ ਐਮ ਮੈਰਿਡ ਬਟ ਆਈ ਡੋਨਟ ਹੈਵ ਐਨੀ ਪ੍ਰੂਫ ਨੋ ਯੂ ਹੈਵ ਪ੍ਰੂਫ ਲੀਗਲੀ ਤਾਂ ਪ੍ਰੂਫ ਨੋ ਯੂ ਹੈਵ ਪ੍ਰੂਫ ਪ੍ਰੂਫ ਤਾਂ ਸਿਰ ਕੋਰਟ ਮੈਰਿਜ ਹੀ ਹੈ ਯੂ ਹੈਵ ਪ੍ਰੂਫ ਆਲਰੇਡੀ ਤੁਸੀਂ ਮੈਰਿਡ ਹੋ ਓਕੇ ਸਰ ਕਿਉਂਕਿ ਦੇਖੋ ਮੈਰਿਡ ਜਿਹੜੇ ਸਾਡੇ ਰਿਲੀਜੀਅਸ ਜਿਹੜੇ ਨੇ ਮੰਦਰ ਜਾਂ ਗੁਰਦੁਆਰਾ ਸਾਹਿਬ ਨੇ ਇਹ ਵੀ ਕੰਸਿਡਰ ਕੀਤਾ ਜਾਂਦਾ ਹੈ ਕੋਰਟ ਦੇ ਵਿੱਚ ਕਿ ਤੁਸੀਂ ਮੈਰਿਜ ਕਰਾਈ ਕੀਤੀ ਹੋਇਆ ਓਕੇ ਸਰ ਯਾ ਇੱਕ ਨਵਾਂ ਲਾਅ ਦੇ ਮੁਤਾਬਕ ਤੁਹਾਨੂੰ ਜਾਣਕਾਰੀ ਨਹੀਂ ਹੈ ਆਈ ਡੋਟ ਨੋ ਕਿਉਂ ਨਹੀਂ ਹੈ ਖੈਰ ਇਹਨੇ ਵੀ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ ਤੁਹਾਨੂੰ ਸਲਾਹ ਦੇਣਗੇ ਕਿ ਤੁਸੀਂ ਇੰਗਲੈਂਡ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਹੋਰ ਕੰਟਰੀ ਜਾ ਸਕਦੇ ਹੋ ਸੋ ਮੇਰੇ ਮੁਤਾਬਕ ਤੁਸੀਂ ਕੈਨੇਡਾ ਵੀ ਆ ਸਕਦੇ ਹੋ ਜੇ ਤੁਸੀਂ ਨਹੀਂ ਇੰਗਲੈਂਡ ਜਾਣਾ ਚਾਹੁੰਦੇ ਤੁਸੀਂ ਹੋਰ ਦੇਸ਼ ਜਾ ਸਕਦੇ ਤੁਹਾਡੇ ਕੋਲ ਬੱਚਾ ਵੀ ਹੈ ਕੋਈ ਵੀ ਤੁਸੀਂ ਥੋੜ੍ਹੇ ਦਿਨ ਬਿਤਾਏ ਆ ਤੁਹਾਡੇ ਨਾਲ ਆਪਸ ਵਿੱਚ ਗੁੱਡ ਰਿਲੇਸ਼ਨ ਨਹੀਂ ਹੈ ਔਰ ਤੁਸੀਂ ਕਹਿ ਰਹੇ ਹੋ ਕੋਈ ਗਰਲਫ੍ਰੈਂਡ ਰੱਖੀ ਹੋਈ ਹੈ
ਜਦੋਂ ਪਤਾ ਗਰਲਫ੍ਰੈਂਡ ਰੱਖੀ ਹੋਈ ਹੈ ਤਿੰਨ ਦਿਨਾਂ ਬਾਅਦ ਉਹ ਉਹਨਾਂ ਚੈਟ ਕਰਦਾ ਤੇ ਤੁਹਾਨੂੰ ਉਹ ਕਿਵੇਂ ਪਿਆਰ ਕਰਦਾ ਹੋਊਗਾ ਹਾਂਜੀ ਸਰ ਤੇ ਕਾਮਨ ਸੈਂਸ ਹੈ ਕਿ ਤੁਹਾਨੂੰ ਨਹੀਂ ਚਾਹੁੰਦਾ ਉਹ ਹਾਂਜੀ ਸਰ ਤੇ ਤੁਸੀਂ ਉਹਨੂੰ ਗਿਵ ਅਪ ਕਰ ਦਿਓ ਔਰ ਤੁਸੀਂ ਉੱਤੇ ਕੇਸ ਕਰ ਦਿਓ ਆਪਣੇ ਖਰਚੇ ਦਾ ਔਰ ਉਹਨੂੰ ਆਪਣੇ ਜਿਹੜੇ ਤੁਹਾਡੇ ਸਹੁਰਾ ਸਾਹਿਬ ਨੇ ਸੱਸ ਜੀ ਨੇ ਉਹਨਾਂ ਦਾ ਨਾਮ ਲਿਖ ਕੇ ਕੰਪਲੇਂਟ ਕਰੋ ਉਹਨਾਂ ਨੂੰ ਵੀ ਸਜ਼ਾ ਮਿਲੂਗੀ ਢੁਕਵੀਂ ਕਿਉਂਕਿ ਇਸ ਫਰਾਡ ਦੇ ਵਿੱਚ ਸ਼ਾਮਲ ਨੇ ਓਕੇ ਸਰ ਯਾ ਤੁਸੀਂ ਐਕਸ਼ਨ ਲੈਣਾ ਪਵੇਗਾ ਨਾ ਘਰ ਬੈਠੇ ਨਾਲ ਨਹੀਂ ਕੁਛ ਵੀ ਬਣਨਾ ਔਰ ਅਸੀਂ ਹੁਣ ਪਬਲਿਕ ਓਪੀਨੀਅਨ ਵੀ ਦੇ ਦਿੰਦੇ ਤੁਹਾਨੂੰ ਕੋਈ ਸਾਥ ਲੈਣੀ ਚਾਹੁੰਦਾ ਕੋਈ ਤੁਹਾਡੀ ਮਦਦ ਕਰਨੀ ਚਾਹੁੰਦਾ ਮਦਦ ਇਨ ਸੈਂਸ ਕੋਈ ਤੁਹਾਨੂੰ ਐਡਵਾਈਸ ਦੇਣੀ ਚਾਹੁੰਦਾ ਕੋਈ ਇੰਗਲੈਂਡ ਵਿੱਚ ਬੈਠਾ ਪਰਿਵਾਰ ਹੈ ਤਾਂ ਉਹ ਕੀ ਕਾਰਨ ਐਟਲੀਸਟ ਹੁਣ ਇੰਗਲੈਂਡ ਦੇ ਵਿੱਚ ਬੈਠੇ ਲੋਕ ਤੁਹਾਡੇ ਹਸਬੈਂਡ ਨੂੰ ਦੇਖ ਲੈਣਗੇ ਕਿਸ ਨੇ ਹੇਰਾਫੇਰੀ ਕੀਤੀ ਆ ਹੋ ਸਕਦਾ ਕਿ ਨਾਂ ਵੀ ਦੱਸਿਆ ਹੋਵੇ ਇੰਗਲੈਂਡ ਵਿੱਚ ਜਾ ਕੇ ਦੋਸਤਾਂ ਮਿੱਤਰਾਂ ਨੂੰ ਪਰਿਵਾਰਾਂ ਨੂੰ ਕਿ ਮੈਂ ਸ਼ਾਦੀਸ਼ੁਦਾ ਆ ਅੱਜ ਸਾਰੇ ਯੂਕੇ ਦੇ ਵਿੱਚ ਜਨਰੇਟਡ ਕਿੰਗਡਮ ਵਿੱਚ ਪਤਾ ਲੱਗ ਗਿਆ ਹੋਣਾ ਕਿ ਸਾਊਥ ਆਫ ਦੇ ਇਲਾਕੇ ਵਿੱਚ ਕਿੰਨੀ ਵੱਡੀ ਗਿਣਤੀ ਵਿੱਚ ਮੈਨੂੰ ਲੋਕ ਵੇਖਦੇ ਨੇ ਕਿ ਇਹ ਸ਼ਾਦੀਸ਼ੁਦਾ ਆ ਤੇ ਇਹ ਧੋਖਾ ਦੇ ਕੇ ਆਇਆ ਤੁਹਾਨੂੰ ਅੱਜ ਸਿਰਫ ਇੰਨਾ ਬੈਨੀਫਿਟ ਮਿਲ ਜਾਣਾ ਤੁਹਾਨੂੰ ਇੰਨਾ ਇਨਸਾਫ ਮਿਲ ਜਾਣਾ ਕਿ ਮੈਂ ਕਿਸ ਤਰ੍ਹਾਂ ਕਿਸੇ ਦੇ ਨਾਲ ਵਿਆਹ ਕਰਾ ਕੇ ਜ਼ਿੰਦਗੀ ਬਰਬਾਦ ਕਰਕੇ ਮੈਂ ਘੁੰਮ ਫਿਰ ਸਕਦਾ ਨਹੀਂ ਹੈ ਸਮਾਜ ਦੇ ਵਿੱਚ ਲੋਕ ਲਾਹਣ ਤਾਂ ਪਾਉਣਗੇ ਲੋਕ ਇਹਨੂੰ ਕਹਿਣਗੇ ਕਿ ਤੂੰ ਸ਼ਾਦੀ ਕਰਾ ਕੇ ਲੜਕੀ ਦੇ ਨਾਲ ਹੇਰਾਫੇਰੀ ਕੀਤੀ ਆ ਤਾਂ ਕਿਸੇ ਹੋਰ ਦੇ ਨਾਲ ਜੇ ਤੁਹਾਡਾ ਹੇਰਾਫੇਰੀ ਕੀਤੀ ਆ ਜਿਹਨੂੰ ਪਿਆਰ ਕਰ ਰਿਹਾ ਕੱਲ੍ਹ ਉਹਨੂੰ ਵੀ ਹੇਰਾਫੇਰੀ ਕਰ ਸਕਦਾ ਕੀ ਤੁਹਾਡੇ 2 ਸਾਲ ਦੇ ਵਿੱਚ ਜਦ ਚੈਟ ਕਰ ਰਹੇ ਸੀ ਉਦੋਂ ਵੀ ਉਹ ਗਰਲਫ੍ਰੈਂਡ ਸੀ ਇਹਦੀ ਜਿਹੜੀ ਗੱਲ ਹੋਈ ਸੀ ਤਾਂ ਇਹਨੇ ਮੈਨੂੰ ਕਿਹਾ ਉਸ ਕੁੜੀ ਨੇ ਮੈਨੂੰ ਕਿਹਾ ਕਿ ਇਹ ਮੈਨੂੰ ਕਹਿੰਦਾ ਕਿ ਤੂੰ ਮੈਰਿਜ ਕਰਵਾ ਲੈ ਬਟ ਮੈਨੂੰ ਪਤਾ ਕਿ ਇਹਦੀਆਂ 2 ਗਰਲਫ੍ਰੈਂਡਸ ਹੋਰ ਹੈ ਜਿਹਦੀ ਮੈਂ ਚੈਟ ਪੜੀ ਹੈ ਸੋ ਆਈ ਵਿਲ ਨੈਵਰ ਮੈਰੀ ਦਿਸ ਗਰਲ ਤੁਸੀਂ ਉਸ ਲੜਕੀ ਦਾ ਨੰਬਰ ਜਾਣਦੇ ਹੋ ਸੋ ਮੇਰੇ ਕੋਲ ਨੰਬਰ ਨਹੀਂ ਹੈ ਫੇਸਬੁੱਕ ਆਈਡੀ ਤੋਂ ਮੈਂ ਉਹਨੂੰ ਮੈਸੇਜਸ ਕੀਤੇ ਫੇਸਬੁੱਕ ਆਈਡੀ ਤੇ ਇਹਦੀਆਂ ਜਿਹੜੀਆਂ ਫੋਟੋਆਂ ਵਿਆਹ ਦੀਆਂ ਭੇਜ ਦੇ ਯੂ ਸੈਂਡ ਦੋਸ ਪਿਕਚਰ ਸਰ ਆਈ ਹੈਵ ਸੈਂਡ ਦੋਸ ਪਿਕਚਰਸ ਸ਼ੀ ਸੈਡ ਕਿ ਮੈਂ ਗੱਲ ਕਰਨੀ ਬੰਦ ਕਰਤੀ ਹੈ ਇਹਦੇ ਨਾਲ ਉਸ ਦਿਨ ਤੋਂ ਜਿਸੇ ਉਹ ਬੰਦ ਕਰੇ ਨਾ ਕਰੇ ਓਕੇ ਬੰਦ ਨਾ ਕਰੇ ਐਸੀ ਡਿਸਟਰਬ ਕਰੋ ਲਾਈਫ ਨੂੰ ਤੁਸੀਂ ਫੋਟੋ ਭੇਜੋ ਉਹਨੂੰ ਮੈਂ ਕੁਝ ਕਾਲ ਲੈ ਰਿਹਾ ਸਾਡੇ ਸੋਤੇ ਦੇ ਕੀ ਕਹਿਣਾ ਚਾਹੁੰਦੇ ਨੇ ਓਕੇ ਸਰ ਨੰਬਰ 1 ਕਾਲਰ ਪਲੀਜ਼ ਪਬਲਿਕ ਵੀ ਲੈਣੀ ਚਾਹਾਂਗੇ ਸਿਰਫ 5 ਮਿੰਟ ਵਾਸਤੇ ਮਧੂ ਕੀ ਕਰੇ ਵਿਚਾਰੀ ਇਹ ਮਧੂ ਬੜੀ ਸਿਆਣੀ ਲੜਕੀ ਹੈ ਵੈਲ ਐਜੂਕੇਟਡ ਹੈ ਡਾਕਟਰੀ ਕੀਤੀ ਹੋਈ ਹੈ ਇਸ ਵੇਲੇ ਖੱਜਲ ਖਵਾਰ ਹੋ ਰਹੀ ਹੈ ਇੰਗਲੈਂਡ ਦੇ ਵਿੱਚ ਗਿਆ ਹੋਇਆ ਲੜਕਾ ਸਟੂਡੈਂਟ ਹੈ ਇਹ ਜ਼ਿੰਦਗੀ ਨੂੰ ਬਰਬਾਦ ਕਰਕੇ ਜਿਹੜਾ ਹੈ ਉਹ ਫਰਾਰ ਹੋ ਚੁੱਕਾ ਹੈ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਫਰਾਰ ਹੋ ਕੇ ਸਾਊਥ ਹਲ ਵਿੱਚ ਇਸ ਵੇਲੇ ਅਡਾਰੀ ਮਾਰ ਗਿਆ ਇਹ ਹੈ ਗੁਰਪ੍ਰੀਤ ਜੀ ਹਾਂ ਮੇਰੀ ਲਾਈਨ ਪਹਿਲੀ ਸਾਡੇ ਕਾਲਰਸ ਨੇ ਦੇਖਦੇ ਕੀ ਕਹਿਣਾ ਚਾਹੁੰਦੇ ਨੇ ਨੰਬਰ 1 ਕਾਲਰ ਕੀ ਕਹਿਣਾ ਚਾਹੁੰਦੇ ਹੋ ਨੰਬਰ 1 ਕਾਲਰ ਲਾਈਨ ਤੇ ਆਪ ਜੀ